करो स्टार्ट। हाँ जी सर, मैं ही शुरू करानी। हाँ जी, हाँ जी, ओके सर। बहुत ही सत्कार योग सृजनात्मक सिक्ख्या संसार नाल जुड़े हुए साढ़े समूह मैंबर साहबान ते साढ़े एडमिन टीम, साढ़े सरप्रस्त डॉक्टर कुलदीप दीप जी, सुखजीवन जी, मैडम मनजिंदर जी, डॉक्टर इंद्रप्रीत धामी जी, मैडम रविंद्र कौर जी, लड़ीवार लाइव प्रोग्रामां दे विच अज आपां जिहड़ी शख्सियत नूं तुहाडे रूबरू लैके आए हां उह हन भुपिंदर उडत जी। भुपिंदर उडत दे नाल बहुतियां गल्लां बातां सवालां जवाबां राहीं उहनां दे नाल करांगे, पर जे मैं संखेप दे विच दो चार गल्लां तुहाडे नाल सांझियां करनियां होण ਤਾਂ ਭੁਪਿੰਦਰ ਉਡਤ ਸਾਡੇ ਵਾਸਤੇ, ਖਾਸ ਕਰਕੇ ਮੇਰੇ ਵਾਸਤੇ, ਸਭ ਤੋਂ ਪਹਿਲਾਂ ਛੋਟਾ ਭਾਈ ਹੈ। ਉਸ ਤੋਂ ਬਾਅਦ ਅਸੀਂ ਨਾਟਕ ਟੀਮ ਦੇ ਵਿੱਚ ਕਾਫੀ ਸਮਾਂ ਇਕੱਠਾ ਕੰਮ ਕੀਤਾ ਡਾਕਟਰ ਕੁਲਦੀਪ ਦੀਪ ਜੀ ਦੇ ਨਾਲ। ਉਸ ਤੋਂ ਬਾਅਦ ਭੁਪਿੰਦਰ ਉਡਤ ਦੀ ਗਾਇਕੀ ਦਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਹੁੰਦਾ ਹੈ ਨਾਟਕਾਂ ਦੇ ਨਾਲ ਨਾਲ। ਗਾਇਕੀ ਦੇ ਸਫ਼ਰ ਦੇ ਨਾਲ ਨਾਲ ਫਿਰ ਭੁਪਿੰਦਰ ਉਡਤ ਕਾਲਜ ਦੇ ਵਿੱਚ ਫੈਸਟੀਵਲਾਂ ਦੇ ਵਿੱਚ ਲੋਕ ਗੀਤ ਤੇ ਬਾਰਾਂ ਗਾਉਂਦਾ ਹੈ। ਉਹਨਾਂ ਦੇ ਵਿੱਚ ਹੀ ਭੁਪਿੰਦਰ ਉਡਤ 5 ਵਾਰ ਹੈ ਜਿਹੜਾ ਉਹ ਯੂਨੀਵਰਸਿਟੀ ਵੱਲੋਂ ਗੋਲਡ ਮੈਡਲ ਹੈ ਜਿਹੜਾ ਪ੍ਰਾਪਤ ਕਰਦਾ ਹੈ। ਇਸ ਗਾਇਕੀ ਦੇ ਸਫ਼ਰ ਦੇ ਨਾਲ ਨਾਲ ਫਿਰ ਭੁਪਿੰਦਰ ਉਡਤ ਅਧਿਆਪਨ ਦੇ ਕਿੱਤੇ ਦੇ ਵਿੱਚ ਵੀ ਪ੍ਰਵੇਸ਼ ਕਰਦਾ ਹੈ ਤੇ ਅਧਿਆਪਨ ਦੇ ਕਿੱਤੇ ਦੇ ਵਿੱਚ ਅੱਜ ਉਹ ਸਰਕਾਰੀ ਪ੍ਰਾਇਮਰੀ ਸਕੂਲ ਲੋਚਮਾ ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਵਿੱਚ ਬਤੌਰ ETT ਅਧਿਆਪਕ ਹੈ ਜਿਹੜਾ ਕੰਮ ਕਰ ਰਿਹਾ। ਸੋ ਬਹੁਤ ਸਾਰੀਆਂ ਗੱਲਾਂ ਅਸੀਂ ਭੁਪਿੰਦਰ ਉਡਤ ਬਾਰੇ, ਉਹਨਾਂ ਦੇ ਮੂੰਹੋਂ ਉਹਨਾਂ ਦੀਆਂ ਪ੍ਰਾਪਤੀਆਂ ਬਾਰੇ, ਉਹਨਾਂ ਦੀ ਗਾਇਕੀ ਦੇ ਸਫ਼ਰ ਬਾਰੇ ਤੇ ਉਹਨਾਂ ਦੇ ਅਧਿਆਪਨ ਦੇ ਕਿੱਤੇ ਬਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਾਂਗੇ ਤੇ ਉਮੀਦ ਹੈ ਕਿ ਅਸੀਂ ਭੁਪਿੰਦਰ ਉਡਤ ਨੂੰ ਬਤੌਰ ਗਾਇਕ ਮਾਣਦੇ ਹੋਏ ਉਹਨਾਂ ਦੇ ਸਮਾਜਿਕ ਸਰੋਕਾਰਾਂ ਦੀਆਂ ਗੱਲਾਂ, ਉਹਨਾਂ ਦੇ ਅਧਿਆਪਨ ਕਿੱਤੇ ਦੀਆਂ ਗੱਲਾਂ, ਗੀਤਕਾਰੀ ਦੀਆਂ ਗੱਲਾਂ, ਗਾਇਕੀ ਦੀਆਂ ਗੱਲਾਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਆਪਾਂ ਅੱਜ ਇਸ ਰੂਬਰੂ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਦੇ ਨਾਲ ਸਾਂਝੀਆਂ ਕਰਾਂਗੇ। ਸੋ ਸਭ ਤੋਂ ਪਹਿਲਾਂ ਭੁਪਿੰਦਰ ਉਡਤ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਇਸ ਲਾਈਵ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਮੇਰੇ ਤੋਂ ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਕੁਲਦੀਪ ਦੀਪ ਜੀ ਰੋਜ਼ਾ ਵਾਲੀ, ਜਦੋਂ ਤੋਂ 6ਵੀਂ ਕਲਾਸ ਦੇ ਵਿੱਚ ਇਹਨਾਂ ਕੋਲ ਅਸੀਂ ਪਹੁੰਚੇ ਹਾਂ, ਉੱਥੋਂ ਸਫ਼ਰ ਸ਼ੁਰੂ ਹੁੰਦਾ ਹੋਇਆ, ਨਿੱਕੀਆਂ ਨਿੱਕੀਆਂ ਸਟੇਜਾਂ ਤੋਂ, ਸਕੂਲ ਦੀਆਂ ਬਾਲ ਸਭਾਵਾਂ ਤੋਂ ਹੁੰਦਾ ਹੋਇਆ ਅੱਜ ਇੱਥੇ ਤੱਕ ਪਹੁੰਚਿਆ ਕਿ ਇਹਨਾਂ ਦੀ ਕਿਰਪਾ ਦੇ ਨਾਲ ਮੈਂ ਤੁਹਾਡੇ ਰੂਬਰੂ ਹਾਂ। ਯੂਨੀਵਰਸਿਟੀਆਂ ਤੱਕ ਪਹੁੰਚੇ ਤੇ ਨਾਟਕਾਂ ਦੇ ਵਿੱਚ ਵੀ ਗਾਇਆ, ਸਰ ਨਾਲ ਹੁਣ ਵੀ ਕੰਮ ਕਰ ਰਹੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਦਾ, ਗੁਰਨੈਮ ਮਘਾਣੀਆ ਜੀ, ਸੁਖਜੀਵਨ ਜੀ, ਮੈਡਮ ਜੀ ਦੇ ਨਾਲ। ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜਿਵੇਂ ਜਿਵੇਂ ਗੱਲਾਂ ਬਾਤਾਂ ਚੱਲਣਗੀਆਂ ਤੁਹਾਡੇ ਨਾਲ ਜਵਾਬ ਦੇਵਾਂਗੇ ਜੀ, ਜ਼ਰੂਰ ਬੈਠੇ ਆ। ਸੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ ਭੁਪਿੰਦਰ ਉਡਤ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਤੁਹਾਨੂੰ ਕਿ ਆਪਣੇ ਪਰਿਵਾਰ ਬਾਰੇ, ਆਪਣੇ ਬਚਪਨ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਓ ਤੇ ਉਸ ਤੋਂ ਬਾਅਦ ਲੜੀਵਾਰ ਗੱਲਾਂ ਦਾ ਸਿਲਸਿਲਾ ਆਪਾਂ ਅੱਗੇ ਜਾਰੀ ਰੱਖਾਂਗੇ। ਬਚਪਨ ਜਨਮ ਦੀ ਗੱਲ ਕਰੀਏ ਜੀ, ਜਨਮ ਮੇਰਾ ਪਿੰਡ ਉਦਤ ਸੈਦੇਵਾਲਾ, ਜ਼ਿਲ੍ਹਾ ਮਾਨਸਾ ਦੇ ਵਿੱਚ ਮੇਰਾ ਜਨਮ ਹੋਇਆ। ਮਾਤਾ ਸ਼੍ਰੀਮਤੀ ਸੁਰਜੀਤ ਕੌਰ ਜੀ, ਪਿਤਾ ਜੀ ਸਰਦਾਰ ਜੰਗੀਰ ਸਿੰਘ, ਵੱਡੇ ਭਰਾ ਮੇਰੇ ਸਰਦਾਰ ਲਖਵਿੰਦਰ ਸਿੰਘ ਜੋ ਕਿ ਆਰਮੀ ਦੇ ਵਿੱਚ ਸੇਵਾ ਨਿਭਾ ਰਹੇ ਨੇ, ਦੋ ਸਿਸਟਰ ਨੇ ਮੇਰੇ, ਫਿਰ ਸਾਡੀ ਫੈਮਿਲੀ ਹੈ ਛੋਟੀ ਜੀ। ਤੇ ਉਸ ਤੋਂ ਬਾਅਦ ਬਚਪਨ ਪਿੰਡ ਦੀਆਂ ਗਲੀਆਂ ਦੇ ਵਿੱਚ ਗਾਉਂਦੇ, ਪੜ੍ਹਦੇ, ਯਾਰਾਂ ਮਿੱਤਰਾਂ ਨਾਲ ਖੇਡਦਿਆਂ ਬਚਪਨ ਮੇਰਾ ਗੁਜ਼ਰਿਆ। ਪਿੰਡ ਦੀ ਪੜ੍ਹਾਈ ਜਿਹੜੀ 5ਵੀਂ ਤੱਕ ਮੈਂ ਪਿੰਡ ਦੇ ਸਕੂਲ ਵਿੱਚ ਕੀਤੀ। ਉਸ ਤੋਂ ਬਾਅਦ 6ਵੀਂ ਕਲਾਸ ਵਿੱਚ ਮੈਂ ਸ਼ਹੀਦ ਜਗਸੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਬੋਹਾ, ਜਿਹਦਾ ਨਾਂ ਹੁਣ
दोबारा शहीद के नाते रखा गया। तो उत्थे मैं पहुंचा तो उत्थे मेरी जिहड़ी है मेरे सिर के उपर हाथ आया डॉक्टर कुलदीप दीप जी रोजा वाली। सो इन्हां दी छत्रछाया हेठ मैं प्लस टू की नाल नाल विद्यक मुकाबलों के कंपीटिशन लड़ते रहे पोजिशन आदि रही। सो उतों सफर तय करते करते हूँ इतने तुहाडे रूबरू हाँ जी। भुपिंदर जी पढ़ाई दे नाल नाल जे साडे दर्शक वैसे हुण तुहाडे बारे किसी जान पहचान दे इस गल तो महताज नहीं कि बहुत सारे तुहाडे गीत चैनलां दे उत्ते आ रहे है, बहुत सारे गीत तुहाडे रिकॉर्ड होए है, ते गायकी दे सफर दे विच तुसीं अपने अपनियां कोशिशां जिहड़ियां लगातार कर रहे हो ते इक चंगी गायकी नूं प्रफुल्लित करन वास्ते अपना योगदान जिहड़ा पा रहे हो। सब तो पहला इह गायकी दी लगन है जिहड़ी इह तुहानूं मतलब कित्थों लगी भुपिंदर सिंह तो जो भुपिंदर उडत तक का सफर है जो बनना शुरू होया तो यह कितों मतलब चीज पैदा हुई कि यार आप गाना चाहिए ज किस शौक दे विचों यह गल निकली तो। हाँ जी बहुत तुसी सवाल वधिया कीता पर जिन्निया भी हुण तो शुरुआत तो इंटरव्यूज चलन गियां ते एंड तक जदों तक परमात्मा ने दित्ते स्वास चलते रहणगे इस सवाल का जवाब हमेशा ये रहूगा कि मेरे परिवार के जे आप कहीए तो कोई भी इस तरह का गायक नहीं है कि मैं कहीए विरसे दे विचों मिली गायकी पुरानी। हाँ जी मेरी माता जी जो जरूर उन्हां दी आवाज़ बहुत प्यारी है सो मैं उन्हां तो सुनदा हुंदा सी कितना कितने पुराने गीत भी हो जिदा रणजीत बीबा जी दे क्योंकि पुराने समय दे विच जे आप गल करिए लेडीज़ नूं घर दियां नूं इन्ना गाउण दा जां होर नहीं दित्ता जांदी सी, खुल नहीं दित्ती जांदी सी पर कितना कितने उन्हां दे दिमाग दे विचों गीत चलदे सी ते असीं उन्हां नूं वार वार कहना कि कोई ना कोई गीत सुनाओ उन्होंने सुना। तो इस तरह जो विआह शादी होंगे तो मेरी माता जी नाल फिर मैनू भी चंगी लगी साढ़े घर के जो होना तो वो जोड़े सुहाग से गीत से उन्होंने नाल गाने तो उतो चिणग होंगी हुई तो मैं गुरद्वारा साहब के महाराज जी की हजूरी के बहुत कीर्तन भी किया बाबा साहब नाल सवेरे उठना मैं चार बजे गुरद्वारा साहब जाना ढाई ढाई घंटे आसा जी की वार का कीर्तन करना। सो मैं समझदा कि उस परमात्मा की कृपा मेरे से मेरा रियाज भी हों ढाई ढाई घंटे तो उतों ही मेरी जी फिर मैं हल्लाशेरी मिलती रही जिदा कोई परिवार सुनता सी कि थोड़ा विआह होना फंक्शन होना तो उन्होंने मैं कहना हाँ तेरी आवाज़ बहुत वधिया तो इस तरह मेरा हौसला बढ़ता गया। उस तो बाद फिर जिदा जिदा स्कूल के पहुंचे असी बचपन तो लैके फिर टीचर ने बाल सभा के सुनना पंजवीं क्लास के मेरे अज भी याद आ भगवंत मान की उदो कैसेट आई थी मैं छोटा जहा कुलचे छोले जब भी मम्मी से पैसे मांगो रेहड़ी वाला बोले कुलचे छोले तो मैं तो यही गीत तकरीबन सुनया जाता सी चौथी पंजवीं दे विच ते इत्थों मेरा गायकी का सफर सी जिहड़ा ते मैनूं लग्गिया कि मेरे विच कुछ है। उस तो उदो उस टाइम ते मैनूं किसी ने नहीं कहा सी भी तू कुछ बन सकदा पर जरूर कहिंदे तू बहुत सोहणा गाउणा तू गाया कर। इस तरह मेरी गायकी का जिहड़ा सफर है बचपन तो शुरू होया। भुपिंदर जी बचपन तो आपां परिवार दे विचों माता जी तो तुहानूं इह लगन है जिहड़ी लगी उन्होंने गाउंदिया देख के जब तुसीं गाउणा शुरू किया पर एक स्टैप हुंदा है कि जो किते जाके थोनू मतलब कोई कोई एहो जी शख्सियत तुहाडी पहचान करदी है कि यार इस बंदे दे विच आ क्वालिटी है जिहड़ी इस तरीके की है ते इस बंदे दे विच आ गुण है इस गुण नूं इस तरीके दे नाल प्रफुल्लित करके ये बच्चा जिहड़ा इस तरीके दे नाल इस टीचे दे उत्ते पहुंच सकदा है। सो सब तो पहला तुहानूं इस तरीके की मतलब तुहानूं गायकी बारे किने एहसास कराया कि भुपिंदर तू यार गाया कर तू इस तरीके इस राह ते चल तेरी आवाज बहुत अच्छी है तेरा गला बहुत अच्छा है सो इस राह ते तुहानूं किने तोरिया। हाँ जी जदों छेवीं दे विच आए डॉक्टर कुलदीप दीप जी की रहनमाई हेठ स्टेजा करते रहे असी उदों बचपन सी छेवीं तो प्लस टू तक ते गुरु जी ने कुलदीप जी ने बहुत सानूं बहुत कुछ सिखाया कंपीटिशन लड़े पर वो एक सीगा स्कूल लैवल एक हुंदा आपां किता मुखी किसी चीज़ नूं अपनाउणा तां जॉब दा उदों मन विच ख्याल नहीं सी जदों हल्लाशेरी मिलदी है असी मैडल जितदे हाँ इनाम मिलदे आ तां सानूं लगदा कि साडा सब कुछ इहो ही है ते उस वक्त उस स्कूल दे विच सत्कार जो गुरतेज जी एस एल ए साहब एक टीचर सीगे वो बतौर उन सुहाणा ने उत्थे स्कूल दे विच पढ़ा रहे ने ते मैं 2003 विच प्लस टू करन तो बाद मानसा एन एम ए कॉलेज विच दाखला लिया वो भी उत्थे रहिंदे सी तां उन्होंने मैनूं कहा भी यार तू भुपिंदर ये अपना जिहड़ा है इस गायक नूं किते वल जोड़ तेरी आवाज बहुत अच्छी है। उन्होंने घर स्टूडियो लाया सी थोड़ी मोटी आवाज भी रिकॉर्ड करते
किसी दे कोई गाना करना उस मेरे तो कोर्स भी बुलवाते तो उन्होंने मैं हलाशेरी दी कि तू इस राह कुछ ना कुछ कर सकता है। और ईवन कि उन्होंने ये भी कहा कि तू कल्ली पंजाबी गायकी नहीं तू हिंदी गायकी भी तेरी जी पकड़ है अच्छी है तो तू हिंदी गायकी भी कर सकता है। तो उन्होंने मैं बड़ा इस वल उत्साहित किया कि तू इस परसनली अपने किता मुखी भी अपना सकता है तू गायकी के राह वाल तुर तेन तुरना चाहिए। भुपिंदर दी गायकी दे बहुत सारे रंग ने जिन्हां असीं मतलब बचपन तो मानते आ रहे हैं तो चाहे नाटकां दा बैकग्राउंड संगीत होवे जां साडे किते लाइव प्रोग्राम होण। पर भुपिंदर मेरी बेनती है कि हुण कोई गीत दीआं सातरां साडे दर्शकां नाल भी जरूर सानियां हो जाण ते उस तों बाद आपां सवालां नूं फिर अगे तोरीए कोई नमूना जरूर सानूं सुणाओ। जरूर जी जरूर। इस नाल इक घटना भी जुड़ी हुई है जो मैं तुहानूं सुणाउण जा रहा गजल पात्र साहब दी। डॉक्टर कुलदीप दीप जी मैं उदो पढ़ता सी जदों ते पात्र साहब ने आना सी बरेटे उन्हां दा सन्मान सी ते डॉक्टर साहब मैनू नाल लेके गए भी उत्थे आपां जाणा ते मौके ते मैनू ऑन दी स्पॉट ने बिल्कुल किताब दित्ती कि वी पात्र साहब आए हुए ने तुसीं इन्हां दी जिहड़ी रचना है ये बोलनी है। मौके ते मैं उत्थे उसकी कंपोजिशन कीती ते बरेटे दे विच उन्हां दा सन्मान सी डॉक्टर साहब सीगे असीं सारे बैठे सी पात्र साहब जी दा सो उन्हां दी मैं हाजरी दे विच पहली बार गाई सी। उदों तों मेरे दिल दे विच उतरी हुई है मैं गुणगुणाउणा रहना अक्सर ये गजल सो ओही मैं तुहाडे नाल अज सांझी करूंगा उसते लो बोल। खूब ने चांजरा चणकण लई खूब ने चांजरा चणकण लई पर कोई चावे ता दे नचण लई खूब ने चांजरा चणकण लई नंगिया शाखां नूं मेरे मालका नंगिया शाखां नूं मेरे मालका दे दे दो तिन पत्तियां पहनण दे लई खूब ने झांजरा छणकण लई क्यों जगावा सुत्तियां लफजां नूं मैं क्यों जगावा सुत्तियां लफजां नूं मैं दिल च ही जद कुछ नहीं आखण लई खूब ने चांजरा छणकण दे लई तारियां तोरे इतगी बनिया तारियां तो रेत भी बनिया मैं तैनू हर एक कोण तो देखण लई बहुत अच्छी खूब ने चांजरा छणकण दे लई दायरा छोटा हुंदा ते स्कूल दे दायरे तों बाद जदों तुसीं कॉलेज दे विच जाके एंटर हुंदे हो जदों तुसीं फेस्टिवलां दी लाइफ नूं मानना शुरू कीता जाणा शुरू कीता इह पूरा सफर स्कूल तों कॉलेज तक दा तुहाडा ਕਿਹੋ ਜਿਹਾ ਰਿਹਾ ਕੋਈ ਯਾਦਗਾਰੀ ਘਟਨਾ ਹੋਵੇ ਇਹਨਾਂ ਚੀਜ਼ਾਂ ਨਾਲ ਕਿਹੋ ਜਿਹੇ ਕੰਪੀਟੀਸ਼ਨ ਦੇ ਵਿੱਚੋਂ ਗੁਜ਼ਰਨਾ
हाँ जी, यादां तां बहुत ज्यादा जुड़िया हुई है क्योंकि सफर लंबा है, बचपन तो लेके कॉलेज तक बहुत लंबा सफर है। ते पर जे आपां स्कूली सफर की गल करिए, पंजवीं तक तो कुछ नहीं पता सी, वैसे ही हुंदा सी भी हाँ जी तू बहुत सोहना गाउंदा है, पर जो छेवीं दे विच इंटर किया तो सर दी इधर बदली पोस्टिंग हुई नवी नवी, तो सर ने सानू पहचाणिया। उस तो बाद तुहानू भी पता है अपना सफर पीटरां दा रहा, पीटर रेहड़ियां दा रहा, तो अपनी शाखरता मुहिम दे विच पिंड पिंड जाके आपां नाटक करने, गाउणा, रात नू आउणा, बहुत दूर दूर तक नाटक करने, बहुत वधिया एक्सपीरियंस रहा जिहड़ा स्कूल पद्धर ते सी। बहुत सारिया यादां इहदे नाल जुड़ियां होईयां ने। रातां नू आपां घर पहुंचना, रातां नू नाटक करने पिंडां दे विच, लोकां नू शाखर करना, ते उह निक्कियां निक्कियां स्टेजां तों लै के कला मंच शुरू होया। कला मंच दीआं स्टेजां दे उपर रात नू दो दो दिन नाटक चलने, मेला चलना, सो मेले दे विच काफ़ी मैनूं गैसट आइटमां दा टाइम मिलना, सो उस गायकी नूं बहुत ज़्यादा निखारिया, बहुत ही वधिया मेरा सफर रहा। उस तो बाद 2003 दे विच कॉलेज दे विच इंटर किया, सो वह घटना तुहानूं मैं एक सुनाउण लग्गिया कि कहिंदे आ वी नवें बंदे नूं जदों आपां किते वी जांदे आ तां टाइम नहीं मिलता, जगह नहीं मिलती, जगह बनाउणी पैंदी है। ते मैं उस टाइम ते जदों कॉलेज विच पहुंचिया तां तुहानूं पता वी पुराने जो गा रहे हुंदे ने उन्हां दा बोलबाला हुंदा उस टाइम ते। ते बी ए बन दे विच मैं एडमिशन लई, कॉलेज दा यूथ फैसटिवल शुरू होया, सत्कारयोग स्वर्गीय मैडम इंद्रपाल जी, सो जो रब नूं प्यारे हो चुके ने, सो उन्हां दे कोल मैं पहुंचिया। फैसटिवल की तैयारी चल रही थी, मैं उन्होंने कहा मैडम जी मैं गा लैना, क्योंकि टीचर नूं हजे पता नहीं हुंदा सी, पहली बार मिले हुंदे आ कि इस दे विच की कला हैगी की नहीं है। ते मैडम कहिंदे कोई गल नहीं, तैनूं देखांगे अगली बारी देखांगे, फिलहाल साडे कोल बच्चे हैगे ने। चलो मन दे विच इह आया कि नहीं यार बाकी है भी कॉलेज दे विच भी तेरे कोले तैनूं कुछ नहीं मिलना, टाइम नहीं मिलना तैनूं। चलो तैयारी हुंदी गई, फैसटिवल शुरू हो गया, तैयारी शुरू हो गई, 10 दिन तैयारी दे लंघ चुके सी। वार गायन ते लोक गीत दे जिहड़े सरदार रघवीर सिंह जी सरंगी मास्टर वो साडी तैयारी करवा रहे सी कॉलेज दे विच, उत्थे लोक गीत चल रहा सी दुल्ला, जो पुराना साडा मेरे सीनियर सीगे ਤੇ ਉਹ ਗਾ ਰਹੇ ਸੀ। ਉਹਦੇ ਵਿੱਚ ਕੁਝ ਐਸੀ ਹਰਕਤ ਮੁਰਕੀ ਲੱਗਣੀ ਸੀ ਜਿਹੜੀ ਕਿ ਉਹ ਤੋਂ ਲੱਗ ਨਹੀਂ ਰਹੀ ਸੀ, ਬਾਰ ਬਾਰ ਉਹਦੇ ਉਹਨਾਂ ਦੇ ਕਹਿਣ ਦੇ ਬਾਵਜੂਦ ਇੱਕ ਤੋੜਾ ਐਸਾ ਆ ਰਿਹਾ ਸੀ ਕਿ ਉਹ ਉੱਥੋਂ ਉਹ ਅਲੱਗ ਹੋ ਜਾਂਦੇ ਸੀ, ਆਊਟ ਆਫ ਬੀਟ ਹੋ ਜਾਂਦੇ ਸੀ। ਮੈਂ ਦੇਖ ਰਿਹਾ ਸੀ ਬਿਲਕੁਲ ਉਸਨੂੰ ਉਸ ਚੀਜ਼ ਨੂੰ, ਤੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਂ ਕਰਕੇ ਦਿਖਾਵਾਂ, ਤੇ ਉਹਨਾਂ ਨੇ ਮੈਨੂੰ ਕਿਹਾ ਠੀਕ ਹੈ ਤੂੰ ਕਰਕੇ ਦਿਖਾ। ਜਦੋਂ ਮੈਂ ਉਹਨਾਂ ਨੂੰ ਉਹ ਚੀਜ਼ ਕਰਕੇ ਦਿਖਾਈ ਤਾਂ ਉਹਨਾਂ ਨੇ ਫਿਰ ਮੈਡਮ ਜੀ ਨੂੰ ਬੁਲਾਇਆ ਕਿ ਮੈਡਮ ਤੁਸੀਂ ਇੱਕ ਵਾਰ ਸਾਡੇ ਕੋਲ ਆਓ ਇਸ ਨਵੇਂ ਮੁੰਡੇ ਨੂੰ ਸੁਣੋ। ਤੇ ਜਦੋਂ ਉਹਨਾਂ ਨੇ ਮੈਨੂੰ ਸੁਣਵਾਇਆ, ਮੈਡਮ ਨੇ ਸੁਣਿਆ, ਕਹਿੰਦੇ ਜੀ ਤੁਸੀਂ ਕਹਿੰਦੇ ਸੀ ਵੀ ਨਹੀਂ ਨਵੇਂ ਵਾਸਤੇ ਕੋਈ ਜਗ੍ਹਾ ਨਹੀਂ, ਪੁਰਾਣੇ ਕਰਨਗੇ, ਤਾਂ ਜ਼ਰੂਰੀ ਨਹੀਂ ਹੁੰਦਾ ਕਿ ਪੁਰਾਣਾ ਬੰਦਾ ਹੀ ਸਹੀ ਹੋਵੇ, ਤੇ ਬੱਚਾ ਨਵਾਂ ਆਇਆ ਨੂੰ ਮੌਕਾ ਦਿਓ, ਤੇ ਇਹ ਬਹੁਤ ਸੋਹਣਾ ਗਾਇਆ। ਉਸ ਟਾਈਮ ਤੇ ਉਹ ਲੋਕ ਗੀਤ ਮੈਂ ਗਾਇਆ ਸੀ, ਜਿਸ ਨੂੰ ਇਹ ਵੀ ਆਸ ਨਹੀਂ ਸੀ ਕਿ ਇਸ ਨੂੰ ਕਿ ਮੈਨੂੰ ਕਾਲਜ ਦੀਆਂ ਆਈਟਮਾਂ ਦੇ ਵਿੱਚ ਭਾਗ ਮਿਲੂਗਾ ਜਾਂ ਨਹੀਂ। ਉਸ ਟਾਈਮ ਤੇ ਸਾਡੇ 2003 ਦੇ ਵਿੱਚ NMA ਕਾਲਜ ਦੇ ਕਾਫੀ ਗੋਲਡ ਮੈਡਲ ਆਏ ਸੀਗੇ ਵਾਰ ਗਾਇਨ ਦੇ ਵਿੱਚ, ਲੋਕ ਗੀਤ ਦੇ ਵਿੱਚ। ਫੋਕ ਆਰਕੈਸਟਰਾ 2003 'ਚ ਸ਼ੁਰੂ ਹੋਇਆ, ਉਸ ਵਾਰ ਸਾਡਾ ਪਹਿਲਾ ਗੋਲਡ ਸੀ। ਸੋ ਮੈਂ ਵੀ ਇਹੀ ਚਾਹੁੰਦਾ ਕਿ ਅਸੀਂ ਕਈ ਵਾਰ ਗਲਤ ਗਾਈਡ ਕਰ ਲੈਂਦੇ ਹਾਂ ਕਿ ਨਵਾਂ ਬੰਦਾ ਹੈ, ਸਾਡੇ ਪੁਰਾਣੇ ਬੰਦੇ ਚੜ੍ਹਦੇ ਆ ਅਤੇ ਵਧੀਆ ਗਾ ਰਿਹਾ, ਤਾਂ ਹਮੇਸ਼ਾ ਨਵੇਂ ਬੰਦੇ ਨੂੰ ਮੌਕਾ ਦੇਣਾ ਚਾਹੀਦਾ। ਉਹ ਘਟਨਾ ਮੇਰੇ ਹਮੇਸ਼ਾ ਯਾਦ ਰਹਿੰਦੀ ਹੈ ਕਿ ਮੈਂ ਆਪਣੇ ਆਪ ਨੂੰ ਆਪ ਅੱਗੇ ਕੀਤਾ, 10 ਦਿਨ ਉਹਨਾਂ ਦੀ ਰਿਹਰਸਲ ਮੈਂ ਸੁਣਦਾ ਰਿਹਾ, ਉਹਦੇ ਵਿੱਚੋਂ ਮੈਂ ਜਿੱਦਾਂ ਜਿੱਦਾਂ ਉਹ ਗਾਉਂਦੇ ਸੀ ਉਹਨੂੰ ਆਪਣੇ ਮਨ 'ਚ ਗੁਣਗੁਣਾਉਂਦਾ ਰਿਹਾ, ਅਤੇ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਉਹਨੂੰ ਆਪਣੀ ਕਲਾ ਦਿਖਾਈ, ਤਾਂ ਮੈਨੂੰ ਉੱਥੇ ਕਾਲਜ ਦੇ ਵਿੱਚ ਮੌਕਾ ਮਿਲਿਆ। ਅਤੇ ਲਗਾਤਾਰ ਫਿਰ ਉਸ 2003 ਤੋਂ ਲੈ ਕੇ ਜਿੰਨਾ ਚਿਰ ਕਾਲਜ ਰਹੇ, ਤਾਂ ਪਰਮਾਤਮਾ ਦੀ ਕਿਰਪਾ ਰਹੀ, ਸਾਰੇ ਟੀਚਰਾਂ ਦਾ ਭਰਪੂਰ ਪਿਆਰ ਮਿਲਿਆ, ਅਤੇ ਕਾਲਜ ਦੇ ਵਾਸਤੇ ਵੀ ਅਸੀਂ ਰਨਿੰਗ ਟਰੋਫੀਆਂ ਸੀ ਜਿਹੜੀਆਂ ਲਗਾਤਾਰ ਜਿੱਤ ਕੇ ਉਹ ਕਾਲਜ ਦੇ ਹਿੱਸੇ ਪਾਈਆਂ। ਭੁਪਿੰਦਰ ਕਿਹੜਾ ਲੋਕ ਗੀਤ ਸੀਗਾ, ਉਹਦੇ 2 ਬੋਲ ਜ਼ਰੂਰ ਸਾਂਝੇ ਕਰੇ ਸਾਡੇ ਨਾਲ। ਹਾਂਜੀ, ਦੁੱਲਾ ਲੋਕ ਗੀਤ ਸੀਗਾ। ਰੋੜ ਜੱਟ ਨੇ ਤਾਹਾਂ ਮਾਰੀਆਂ ਹੋ, ਰੋੜ ਜੱਟ ਨੇ ਤਾਹਾਂ ਮਾਰੀਆਂ, ਅੱਜ ਕੋਲ ਦੁਲੇ ਦੇ ਜਾਓ, ਪੀਣ ਪਿਆਲੇ ਸ਼ਰਾਬ ਦੇ ਸ਼ਰਾਬ ਦੇ, ਤੈਨੂੰ ਕਿਹੜਿਆ ਪਿਆਲਿਆਂ ਦਾ ਚਾ, ਓ
पीना प्याले शराब दे तैनू किड़िया प्यालियां दा चा तेरा भेद शरीका ले लिया जटा मुगले लते हनिया चौखड़े दा बन के है बन के दिता पिंडी दा थे करा बहुत खूब बहुत बहुत अच्छी कॉलेज दे विच तुहानू तुसी दस्या कि वार गैंग दे विच लोक गीत दे विच लगातार पांच वार तुसी गोल्ड मेडलिस्ट रहे हो यूनिवर्सिटी तो फेस्टिवल तो इन्हां चीजां दीआं प्राप्तियां जो पहलियां सीगियां प्राप्तियां करन तो बाद इन्हां चीजां ने तुहानू किन्ना क प्रेरित कीता ते की योगदान हुंदा इन्हां चीजां दा एक एक बतौर सानू मतलब मोटिवेशन वास्ते जां इन्हां चीजां नू अगे ले जाण वास्ते हाँ जी इन्हां चीजा ने बहुत ज्यादा अप्रीशिएट किया जदों यूनिवर्सिटी दे विच जांदे सी तां प्रोफेसर करम सिंह जी जो कि वार गैंग दी हमेशा जजमेंट ते बैठदे सी सो इस दे नाल एक छोटी जी घटना हो रही है मेरे बहुत ही सीनियर सत्कारयोग बलदीप समाघ जी ते उन्हां दी रवाब म्यूजिक अकैडमी इस टाइम बठिंडा दे विच सो मैनूं अज भी याद है मेरे नाल मेरा सहयोगी मनप्रीत खान ते असीं वार गैंग लई आ रहे सी असीं पहला जित चुके सी दो बार सो जो तीसरी बार साडा सी तां उन्होंने सानू कहा बलदीप जी ने कहिंदे यार सानू भी हुण जित लैण दे इक दो बार साडी भी वारी आ जाण तां कहिंदे हुण तुहाडे हिस्से आ असीं आखिआ भी जिन्ना चिर असीं रहांगे असीं मजाक दे विच कहा भी साडी कोशिश रहूगी कि असीं कॉलेज नूं इह लै के देणी है सो ट्रॉफी साडे कॉलेज दे हिस्से आई एनएमए कॉलेज दे हिस्से सो इस तरां मैनूं जदों एप्रीशिएशन मिलदी सी तां मैं सोचिआ कि परमात्मा ने जे मेरे विच कुछ गुण दिता है तां जो मैनूं सारे कहिंदे आ कि तूं वधिया गा रहा तू कुछ कर मेरे अंदरली जिहड़ी आत्मा सी तां मैं सोचिआ कि जरूर जिस तरह मैनूं गुरतेज सर जी ने कहा सी कि हुण सारिआं दे मैं रूबरू हो रहा ते डॉक्टर दीप जी मैनूं कहिंदे कुछ कर सकदा कॉलेज स्कूल एजुकेशन तों बाद भी इन्हां ने कहा भी तूं छड्डणा नहीं इसनूं ठीक है तूं कॉलेज लैवल ते जाणा अपनी गायकी नूं होर निखारना तैनूं मौके मिलणगे तो मैंने इन्हों ग ने बहुत ज्यादा एप्रीशिएशन जो मिली तो बहुत ज्यादा मेरे मन के इस तरह की लगन पैदा हुई कि मैं म्यूजिक नाल जुड़ना चाहिए हमेशा जुड़े रहना चाहिए। हाँ जी कुछ हालात इस तरह के होए कि मैं थोड़ा मोटा कितने ना कि पासे होना पे क्योंकि मैं महाशाली जी के क्लासमेट मेरे रहे ने कुलविंदर बिंदा जी सारे असी आवाज पंजाबी के कमल खान जी तो इन्हों ने हूँ जो मैं मिलते हैं ये मैंने एक जरूर गल कहते हैं कि चलो गायकी तो बनया कि अपनी है पर कितना कितने जो तू किता बनाया ये बहुत वधिया मैं अपनी पढ़ाई में लगातार जारी रखा मेरी कितना कितने उदो थोड़ा जहा मैं लग्या भी गायकी दे विच नहीं पर हूँ मैं लग रहा कि नहीं जो परमात्मा ने दात दिती है मैं उस रस्ते से दोबारा पे कि रब का उलांभा ना रह जाए कि तेन एक दात दे के भेजा सी उसकी वरतों नहीं की सो उस टाइम तो मैंने जो हल्लाशेरी मिली उसने मेरे जीवन के हूँ तक बहुत इंडस्ट्री का सहयोग रहा कि यारा मित्रां दा सहयोग रहा जां किहो जिहे तजर्बे रहे प्रोफेशनल गायकी नूं लैके तुहाडे शुरुआती दौर दे तजर्बे यारा मित्रां दा बहुत सहयोग रहा उस तों बाद कॉलेज तों आपां गल करिए मेरे बहुत ही सत्कारयोग मेरे मित्र अमनदीप बोहा जी सो उन्हां दा भी मेरी जिंदगी च बहुत वड्डा योगदान है सो उन्होंने मैनूं बहुत वड्डी हल्लाशेरी दित्ती मेरे हमेशा खब्बियां सज्जियां बाहां बन के मेरे हमेशा नाल रहे उह बहुत वड्डा उन्हां दा मेरी जिंदगी च सहयोग है सो गल करिए कि उन्होंने मैनूं हर एक एंगल तों सांभिया मेरे नाल रहे बहुत वड्डी मैं भावक भी हो कह मतलब मेरे को लफ्ज नहीं उन्होंने कि मैं उन्होंने जो उन्होंने मेरे लिए किया ना मैं बयान नहीं कर सकता अज भी वह मेरे नाल ने सो उन्होंने मेरी जिंदगी बहुत वड्डा योगदान रहा है सोर मैं दोबारा मैं क्वेश्चन तुसी रिपीट करो क्योंकि दिमाग दे विच कुछ होर गल जो किसी खास सांझा वाले बंदे का तुम ना लेने हो जो असी अपनी जबान चो तो बहुत कुछ दिमाग दे विच खिलर जांदा है सो मैं दोबारा तजर्बे रहे कि माहौल मिले इस पक्ष
तजर्बे गुरु नानक जी जे आपां गल करिए कौड़े मिठे दोनों तरह के तजर्बे चलते हैं। पहली गल तो यह है कि साडा जिहड़ा राह है गायकी का राह पकड़िए बड़ा टेढ़ा है पंजाबी दे विच नवे बंदे लई बिल्कुल जगह नहीं तुहानूं भीड़ दे विच घुसना पैंदा बढ़ना पैंदा पंजाबी दे ठेठ शब्द जे आपां कहीए कोई तुहानूं राह नहीं दिंदा तुसीं राह लभना चाहोगे पर तुहाडे अगे बहुत ज्यादा अड़चना इस तरह दे जिद्दां आपां गल करिए भी मेले दे विच जे तुसीं आपां किसी गुरद्वारा साहिब तीर्थ स्थान ते मत्था टेकणा मंजल सारयां दी इक पर भीड़ बहुत है उहदे विच तुहानूं खुद रस्ता बना के कितों ना कितों लंघना पैंदा। इसे तरह ही मेरे नाल हो रहा है बहुत ज्यादा मिठे ते कौड़े तजर्बे जिंदगी ते हो रहे हैं। इंडस्ट्री किसे नूं भी आपां कहीए नवें बंदे दा बिल्कुल ही साथ नहीं दिंदे बहुत लोग तुहानूं इस तरह के मिलणगे जो उपरों तुहाडे होणगे पर किते ना किते जदों किते उहनां नूं लगदा कि नहीं यार इह मेरे तों अगे जा रहा तां तुहाडे पैर खिच्चण की कोशिश जरूर की जाती है। तो मेरा जिहड़ा हुण तक दा स्ट्रगल रहा इहदे विच मैनूं बहुत इस तरह के लोग मिले ने क्योंकि मेरे तीन चार गीत हो चुके ने आए भी ने गीत पैसा भी लाया पैसा दिता भी उपरों कहा अं थोड़े हाँ पर बिचो चीजा नहीं मिली इस तरह जिंदगी ने बड़ा कुछ सिखाया इस तजर्बे पर हार नहीं मनी। हाँ जी चलांगे मंजिल वाल बढ़ते चलांगे कोई गल नहीं औकड़ा आदियां रहनगियां जी सर करते जावांगे तजर्बे बड़े हो रहे हैं नाल नाल जिंदगी। भुपिंदर अज प्रोफेशनल गायक भी है ते अध्यापक भी है दोने किते ਨੂੰ ਜਦੋਂ ਅਸੀਂ ਕੋਰਲੇਟ ਕਰਦੇ ਹਾਂ ਜਾਂ ਉਸ ਤਰੀਕੇ ਦੇ ਨਾਲ ਦੇਖਦੇ ਹਾਂ ਤਾਂ ਬਤੌਰ ਅਧਿਆਪਕ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਡੇ ਅੱਜ ਦੀ ਗੀਤਕਾਰੀ ਤੇ ਅੱਜ ਦੀ ਗਾਇਕੀ ਹੈ ਜਿਹੜੀ ਜਾਂ ਗਾਇਕੀ ਦਾ ਜਿਹੜਾ ਰੁਝਾਨ ਹੈ ਇਹਦੇ ਬਾਰੇ ਮਤਲਬ ਤੁਹਾਡਾ ਕੀ ਖਿਆਲ ਹੈ ਅੱਜ ਦੀ ਬਤੌਰ ਗੀਤਕਾਰੀ ਤੇ ਗਾਇਕੀ ਬਾਰੇ ਬਤੌਰ ਅਧਿਆਪਕ ਜਦੋਂ ਆਪਾਂ ਸੋਚਦੇ ਹਾਂ। ਹਾਂਜੀ ਹਾਂਜੀ ਜੇ ਉਹ ਆਪਾਂ ਅੱਜ ਦੀ ਗੱਲ ਕਰੀਏ ਤਾਂ ਜਿਹੜੀਆਂ ਅੱਜ ਦੀ ਗਾਇਕੀ ਤੇ ਗੀਤਕਾਰੀ ਸਾਰੇ ਵੀ ਨਹੀਂ ਕਹਿ ਸਕਦੇ ਆਪਾਂ कुछ गीतकार ते कुछ गायक अज भी ऐसे ने जो कदर कीमतों सांभी बैठे ने जो समाज लई लिखते ने जो सभ्याचार लई लिखते ने जो साडे बच्चियां लई लिखते ने पर जे अज दी गायकी ते गीतकारी दी ज्यादातर गल करिए कि वह जिहड़ी गायकी अजकल चल रही है कमर्शियल तौर पर सिर्फ अजकल गायक अपने बारे सोच रहे हैं अपने बारे भी अज असी गाणा कीता है ते सुबह नूं असी स्टार हो जाईए गाइए चाहे असी कुछ भी चाहे समाज नूं असी कुछ भी देण ना होवे पर असी स्टार होने चाहीदे आ। इस करके अज की गायकी है जी सभ्याचार तो बिल्कुल लांभे होंगी जा रही है साड़िया कदर कीमतों तो लांभे हो रही होंगी जा रही है साढ़े बच्चों जो असी गल करिए कोई लाहेवंद गायकी नहीं है साढ़े बच्चों के आने वाले भविख के लिए अज की जो गायकी तो गीतकारी की गल करते कुछ एक टावे टावे साहित्यकार गीतकार कलाकार बचे ने जिदा आप सरताज जी की गल कर लीए मैं गुरमुखी का बेटा बहुत सोहने उन्होंने हमेशा ही वधिया गल्लां होंदियां ने अज की गायकी गीतकारी की जे आपां निचोड़ कढ़ीए तो कोई ज्यादा हथियारां वाली गायकी चल रही है तुहानूं पता ही है भड़काऊ गीत चल रहे हैं बहुत ज्यादा जिन्हां दा कि आने वाली साडी जो नस्लां ने जो साडियां पीढ़ियां ने उन्हूं देख के अग्रैसिव होंदे ने बच्चे बहुत ज्यादा दुर्घटनावां ऐसियां होंदियां ने जिहड़ियां कि टोटली उह गीतां ते डिपेंड होंदियां ने जो सुणदे ने। भुपिंदर असीं देखदे हां कि जिहड़ी गायकी जां गीतकारी है जिथों तक मेरी निजी राय है कि गायकी जां गीतकारी कदे बच्चियां वास्ते रही नहीं खास करके छोटे बच्चियां वास्ते बहुत रेयर कोई ऐदां दे कलाकार कमलजीत नीलों वर्गे साडे होए ने जिन्हां ने सिर्फ बच्चियां वास्ते गाया पर ऐदां दा रुझान ही नहीं है साडे सोसाइटी दे विच यही कारण है कि साडे छोटे छोटे बच्चे फिर वड्डे वाले गीत गाउण लग जांदे है हथियारां वाले गीत गाउण लग जांदे है नशे वाले गीत गाउण लग जांदे है उही सुणदे है मतलब उन्हां चीजां नूं अक्सर अपना स्कूलों के विचरदा का तजर्बा है कि बाल सभा के बच्चे पुछिए कि बेटा कोई गीत सुनाओ तो फिर वह जी सुना जो सुनया होंगे तो जो सारा दिन टीवी से चलता होंगे तो बतौर अध्यापक की लगता है कि इस खेत्र के कोई कि कम होने की लड़ है ज कम करने की लड़ है जी संभावनावान जो सकती है कम तो देखो जी जिन्ना किया जाए उन्ना ही थोड़ा है ये अपना भी पता है कि मीडिया हम हर एक हाथ के मोबाइल है पहला होंगे सी गिने चुनमे तवे होंगे सी कैसेट होंगे सी और रिलीज होंगे सी अजकल हर एक दे हाथ च मोबाइल आ जो कुछ उहदे मन च आउंदा वह रिकॉर्ड करके सारे दे सामने परोस दिता जाता है उन्होंने ये नहीं पता कि गलत है जां इह सही है उन्होंने आपनूं खुद नूं भी नहीं पता होंदा। जे ते आप किते तौर ते आपां गल करदे हां कि अज आपां नूं बहुत ज्यादा लोड़ है कि जो उसारू सोच वाले गीत ने जो साडे आने वाले भविख में साडी आने वाली पीढ़ी को बचा सकते हैं साडे सभ्याचार को बचा सकते हैं असी की सी ते असी की आ इस तरह की सोच वाले गीत सानू बहुत ज्यादा अगे लेके आने चाहिए। हुण आपां देखदे हां कि गीत चल ही रहे हैं मेरी गड्डी दे रिम देख लो
मैं बंदा मार दू, मेरे को हथियार है, मेरे को बड़ी गड्डी है, इस तरह के गीत जो असि बाल सभा दे विच कई बार ना बच्चों कहने, हम बच्चों को भी मटीरियल ही नहीं है भी बाल सभा तुसी कोई गीत सुनाओ, तो बच्चे बुलट तो रखे पटाके पाने, मुंडिया कही कोई बंदा बुंदा मारना तो दस, हुण तुसी देखो जो बच्चों के सामने ऐसा कुछ परोसिया जा रहा, बच्चों को पता ही नहीं भी असि कर की रहे हैं, तो उन्होंने भविख बिल्कुल धुंधला है। सो मेरी सारे ही अज के गीतकारा मेरे जो कलाकार वीर है सारे बेनती है, मेरी भी ये कोशिश रहूगी, चलो आप कहने भी हर एक बंदा थोड़ा मोटा कितने ना कितने फेम लिए भजदा, भी इन्ना भी फेम लिए ना भजो कि असी अपने विरसे तो मुनकर हो जाइए, असी अपने जेडे रीति रिवाजा तो मुनकर हो जाइए, असी अपने फर्जा तो मुनकर हो जाइए, कितने ना कितने सानू भी नाल लेके चलने पैणगे। सो मेरी सारियां जो भी सुन रहे ने साडे इस प्रोग्राम को बेनती है गीतकार गीतकार वीर ने जो कलाकार वीर ने कि सानू थोड़ी मोटी हुण सोच बदलनी पऊगी, साडे देश भगत साडे सूरवीर साडे गुरु पीर फकीर साडा विरसा अमीर सभ्याचार सानू किते ना किते साडे बच्चां दे मनां दे विच दुबारे उस नूं लैके आउणा चाहीदा है। बिल्कुल भुपिंदर, जिवें आपां मेरी गल याद आ रही है कि साहित्य दे विच वी आपां देखदे हां कि साहित्य वड्डिआं लई भी लिखिआ जांदा है ते साहित्य बच्चिआं लई भी लिखिआ जांदा है, बाल साहित्य दी इक परंपरा है साडे लिटरेचर दे विच वी, इसे तरह गायकी ते गीतकारी दे विच वी किते ना किते इस विधा दे उत्ते जां इस पक्ष दे उत्ते मेरे ख्याल दे विच कम करन दी लोड़ है, खास करके जिहड़े बच्चे आपां प्राइमरी टीचर कोले जिहड़े बच्चे अपने आउंदे है, ਉਹ ਡਾਕਟਰ ਦੀਪ ਜੀ ਗੱਲ ਕਰਦੇ ਹੁੰਦੇ ਆ ਕਿ ਜਦੋਂ ਉਹਨਾਂ ਨੂੰ ਪਹਿਲੇ ਗੀਤ ਸੁਣਾਈ ਨਹੀਂ ਜਾਂਦੇ ਤਾਂ ਫਿਰ ਉਹ ਦੂਜੇ ਗੀਤ ਯਾਦ ਕਰਦੇ ਆ ਸਾਰੇ ਤੇ ਦੂਜੇ ਹੀ ਸੁਣਾਉਂਦੇ ਆ, ਇਸ ਕਰਕੇ ਇਸ ਵਿਧਾ ਦੇ ਉੱਤੇ ਕੰਮ ਕਰਨ ਦੀ ਕਾਫੀ ਲੋੜ ਹੈ। ਆਪਣੀ ਮੈਂ ਤੁਹਾਡੀ ਗੱਲ ਥੋੜੀ ਜਿਹੀ, ਇੱਕ ਆਪਣੇ ਡਾਇਲੋਗ ਆਉਂਦਾ ਸੀ ਵੀ ਜਦੋਂ ਚੰਗੇ ਗੀਤ ਨੂੰ ਤਾਂ ਚੈਨਲ ਵਾਲੇ ਵੀ ਦਿਲ ਹੀ ਨੀ ਚੜ੍ਹਨ ਦਿੰਦੇ, ਪਹਿਲਾਂ ਹੀ ਮੋੜ ਦਿੰਦੇ ਆ। ਹਾਂਜੀ ਹਾਂਜੀ ਹਾਂਜੀ, ਅੱਜ ਕੱਲ੍ਹ ਲੋਕਾਂ ਦੀ ਸੋਚ ਵੀ ਗੁਰਨੈਬ ਜੀ ਐਸੀ ਹੋ ਗਈ ਕਿ ਕਲਾਕਾਰਾਂ ਦੀ ਵੀ ਕਿਤੇ ਨਾ ਕਿਤੇ ਮਜਬੂਰੀ ਬਣ ਗਈ। ਮੈਨੂੰ ਪਿਛਲੀ ਵੀ ਸਵਾਲ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ, ਅਸੀਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਸਾਨੂੰ ਖੁਦ ਨੂੰ ਪਰੇਸ਼ਾਨੀ ਆਉਂਦੀ ਵੀ ਸਰੋਤਿਆਂ ਦੀ ਅਸੀਂ ਨਬਜ਼ ਪੜ੍ਹਨ ਦੇ ਪਿੱਛੇ ਭੱਜੇ ਹੋਏ ਹਾਂ, ਉਹਨਾਂ ਨੂੰ ਦੇਈਏ ਕੀ, ਠੀਕ ਹੈ ਜੀ, ਕਿਉਂਕਿ ਚੰਗਾ ਦਿੰਦੇ ਹਾਂ ਤਾਂ ਚੰਗੇ ਗੀਤ ਨੂੰ ਉਹੀ ਗੱਲ ਚੈਨਲ ਵਾਲੇ ਦੇਰੀ ਨੀ ਚੜ੍ਹਨ ਦਿੰਦੇ, ਪਹਿਲਾਂ ਹੀ ਮੋੜ ਦਿੰਦੇ ਆਪਣੇ ਨਾਟਕ ਵਾਲੀ ਗੱਲ ਹੈ। ਉਹ ਫਿਰ ਜਿਹੜੇ ਬੰਦੇ ਨੇ 8-10 ਲੱਖ ਲਾਇਆ ਹੁੰਦਾ ਉਹ ਸੋਚਦਾ ਵੀ ਕਿਤੇ ਨਾ ਕਿਤੇ ਮੇਰੀ ਰਿਕਵਰੀ ਹੋਵੇ, ਸਰੋਤਿਆਂ ਨੂੰ ਵੀ ਚਾਹੀਦਾ ਥੋੜੀ ਮੋਟੀ, ਆਪਣੀ ਆਡੀਅੰਸ ਨੂੰ ਵੀ ਚਾਹੀਦਾ ਵੀ ਆਪਣੀ ਸੋਚ ਬਦਲੀਏ, ਜੇ ਚੰਗੀ ਕੋਈ ਚੀਜ਼ ਆਉਂਦੀ ਉਹਨੂੰ ਪ੍ਰਮੋਟ ਕਰੀਏ, ਉਹਨੂੰ ਅੱਗੇ ਸ਼ੇਅਰ ਕਰੀਏ, ਤਾਂ ਹੀ ਚੰਗੀ ਚੀਜ਼ ਅੱਗੇ ਪ੍ਰਫੁੱਲਿਤ ਹੋਊਗੀ। ਬਿਲਕੁਲ ਬਿਲਕੁਲ ਭੁਪਿੰਦਰ, ਬਚਪਨ ਤੋਂ ਜਦੋਂ ਤੋਂ ਆਪਾਂ ਇਕੱਠੇ ਕੰਮ ਕਰ ਰਹੇ ਹਾਂ, ਤੁਹਾਡੇ ਤੋਂ ਬਹੁਤ ਵਾਰ ਜਾਂ ਬਹੁਤ ਵੇਰਾਂ ਸਟੇਜਾਂ ਦੇ ਉੱਤੇ ਮੈਂ ਚਾਦਰ ਕੱਢਦੀ ਨੀ ਗੀਤ ਸੁਣਿਆ, ਤੇ ਅੱਜ ਵੀ ਮੇਰੀ ਸਿਫਾਰਿਸ਼ ਹੈ ਕਿ ਉਹਨੂੰ ਜ਼ਰੂਰ ਉਹਦੇ ਇੱਕ ਪੈਰਾ ਦੋ ਪੈਰਾ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਹਾਂਜੀ, ਚਾਦਰ ਮੇਰਾ ਮਨਪਸੰਦ ਗੀਤ ਹੈ, ਵੈਸੇ ਮੈਨੂੰ ਐਸੀ ਬਹੁਤ ਵਾਰੀ ਇਹ ਹੁੰਦਾ ਕਹਿੰਦੇ ਯਾਰ ਤੇਰੇ ਕੋਲੇ ਮਟੀਰੀਅਲ, ਮੈਂ ਕਿਹਾ ਯਾਰ ਮਟੀਰੀਅਲ ਤਾਂ ਹੋ ਸਕਦਾ, ਮੈਂ ਜਿਹੜੀ ਵੀ ਮੇਰੀ ਆਡੀਅੰਸ ਹੁੰਦੀ ਹੈ ਉਹਨਾਂ ਨੂੰ ਕਿਹਾ, ਮੈਂ ਕਹਿੰਦੇ ਯਾਰ ਏਦਾਂ ਨਹੀਂ ਹੁੰਦਾ, ਮੇਰੀ ਆਡੀਅੰਸ ਕੱਲੀ ਇਹ ਨਹੀਂ ਵੀ ਜੇ 2-4 ਬੰਦਿਆਂ ਨੇ ਸੁਣ ਲਿਆ ਉਹਨਾਂ ਲਈ ਉਹ ਗੀਤ ਪੁਰਾਣਾ ਹੋ ਸਕਦਾ, ਪਰ ਗੀਤ ਕਦੇ ਪੁਰਾਣਾ ਨਹੀਂ ਹੁੰਦਾ, ਹਮੇਸ਼ਾ ਕੋਈ ਬੰਦਾ ਸੁਣਦਾ ਉਹਦੇ ਲਈ ਨਵਾਂ ਹੁੰਦਾ, ਔਰ ਇਹ ਇੱਕ ਗੀਤ ਐਸਾ ਬਣ ਚੁੱਕਿਆ ਆਪਾਂ ਨੂੰ ਲੱਗਦਾ ਵੀ ਲੋਕ ਗੀਤ ਇਹਨੇ ਲੋਕ ਗੀਤ ਦਾ ਨਾਲ ਲੈ ਲੈਣਾ ਇਸ ਗੀਤ ਨੇ, ਹਰ ਇੱਕ ਵਿਆਹ ਦੇ ਵਿੱਚ ਮੇਰਾ ਸਭ ਤੋਂ ਪਹਿਲਾਂ ਇਹ ਪ੍ਰੋਗਰਾਮ ਜਦ ਵੀ ਹੁੰਦਾ ਸਭ ਤੋਂ ਪਹਿਲਾਂ ਮੇਰਾ ਗੀਤ ਇਹੀ ਹੁੰਦਾ, ਤੇ ਉਸ ਤੋਂ ਬਾਅਦ ਕੁੜੀਆਂ ਵੱਲੋਂ ਮੋਸਟਲੀ 3-4 ਵਾਰ ਇਹ ਗੀਤ ਰਿਪੀਟ ਕਰਵਾਇਆ ਜਾਂਦਾ। ਸੋ ਗੀਤ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੂੰਗਾ, ਜਦੋਂ ਵੀ ਕਦੇ ਘਰ ਮਿਲਦੇ ਹਾਂ ਡਾਕਟਰ ਸਾਹਿਬ ਦੇ ਘਰ ਆਉਂਦੇ ਹਾਂ ਤਾਂ ਮੈਡਮ ਜੀਆਂ ਦੀ ਵੀ ਇਹੀ ਗੁਜ਼ਾਰਿਸ਼ ਹੁੰਦੀ ਹੈ ਕਿ ਭੁਪਿੰਦਰ ਉਹ ਚਾਦਰ ਵਾਲਾ ਗੀਤ ਉਹ ਜ਼ਰੂਰ, ਕਹਿੰਦੇ ਨੇ ਠੀਕ ਹੈ ਜੀ। ਥੈਂਕ ਯੂ, ਤੁਸੀਂ ਮਾਨਕ ਸਾਹਿਬ ਨੂੰ ਯਾਦ ਕਰਾਇਆ, ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗਾ। ਬੂਰ ਪਿਆ ਕਣਕਾਂ ਨੂੰ ਮਾਏ ਤੇ ਵਿੱਚ ਬਾਗੀ ਅੰਬੀਆਂ ਪੱਕੀਆਂ, ਹਏ ਅੱਗ ਦੇ ਪਾਂਬੜ ਵਰਗੀਆਂ ਤੀਆਂ, ਨੀ ਤੂੰ ਸਾਂਭ ਬੁੱਕਲ ਵਿੱਚ ਰੱਖੀਆਂ, ਗਿਣਵੇਂ ਦਿਨਾਂ ਦੀਆਂ ਸਾਂਝਾਂ ਵੇ ਬਾਬੂ ਅਸਾਂ ਸਿਦਕਾਂ ਨਾਲ ਹੰਡਾਈਆਂ, ਹੈ ਕੂੰਜਾਂ ਵਾਂਗ ਪਰਾਉਣੀਆਂ ਤੀਆਂ, ਵੇ ਤੇਰੇ ਵੇੜੇ ਦੋ ਦਰਿਆਈਆਂ, ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ,
जामन दी चाहे था ही मैं पीड़ा डावा चिड़िया दी चीचीनी तो त्या दी टुकड़ी दिल फड़के सोचानी नाले शर्मावा मैं चाद कर दीनी गिने तो पे पावा मैं चादर कर दीनी उत्ते पावा चिड़िया पावा चिड़िया पावा चिड़िया मैं चादर कर दीनी उत्ते पावा चिड़िया मेरे तुर जान दिया कर गल्ला चिड़िया फिकरा विच डुबिया नी मेरा बाबल भोला ओदी चिट्टी पगड़ी नू नी मैं दाग ना लावा ओदी चिट्टी पगड़ी नू नी मैं दाग ना लावा मैं चादर कर दी नी उत्ते पावा वेला पावा वेला पावा वेला मैं चादर कर दी नी उत्ते पावा वेला ओ साडे पिंड दे स्टेशन ते ना रुकदी आरेला मेरा धर्मी बाबलनी देसां दा राजा मैं आख के बापू नू रेला रुकवावा मैं आख के बाबल नू रेला रुकवावा। बहुत अच्छी बहुत प्यारा गीत ते बहुत प्यारी आवाज भुपिंदर। थैंक यू सर। भुपिंदर गल नूं अगे तुरदे होया मेरा सवाल है कि बंदा जब दे विच जिहड़ी भी कला हुंदी है तां उहनूं मतलब अपने किते दे विच भी बखूबी किसे ना किसे तरीके नाल वरतदा है। तुसीं गायक भी हो ते इक अध्यापक भी हो, तुहाडी गायकी है जिहड़ी तुहाडे बच्चियां नूं रोचक तरीके नाल पढ़ाउण वास्ते जां बच्चियां दे अंदर उत्सुकता पैदा करन वास्ते जां बच्चियां दे अंदर ज्ञान दी चिणग बालण वास्ते तुहानूं की लगदा है कि किन्नी कु सहाई हुंदी है जदों तुसीं क्लासरूम दे विच बच्चियां नाल विचरदे हो तुहाडी गायकी? हां जी, गायकी दी जे आपां गल करिए जो किता है मेरा बहुत मैनूं इसदा सहयोग मिलदा क्योंकि बच्चियां दे विच इक रोचकता हुंदी है उत्सुकता हुंदी है कि ਜਦੋਂ ਮੈਂ ਗੱਲ ਕਰਦੇ ਹਾਂ ਪਹਿਲਾਂ ਨਾ ਆਪਣੇ ਡਿਪਾਰਟਮੈਂਟ 'ਚ ਆਉਣ ਤੋਂ ਪਹਿਲਾਂ PTA ਦੇ ਵਿੱਚ ਮੈਂ ਪੜ੍ਹਾਉਂਦਾ ਸੀ ਸਕੂਲ ਦੇ ਵਿੱਚ PTA ਤੇ ਉੱਥੇ ਪਲੱਸ 1-2 ਕਲਾਸ ਸੀ ਮੇਰੇ ਕੋਲ ਜਦੋਂ ਮੇਰਾ ਪੰਜਾਬੀ ਦਾ ਲੈਕਚਰ ਹੁੰਦਾ ਸੀ ਤਾਂ ਮੋਸਟਲੀ ਮੇਰੀ ਕਲਾਸ ਕੋਈ ਵੀ ਮਿਸ ਨਹੀਂ ਕਰਦਾ ਸੀ ਸਵਰਗੀ ਸਰਦਾਰ ਗੁਰਬਖਸ਼ ਸਿੰਘ ਜੀ ਜੋ ਕਿ ਪ੍ਰਿੰਸੀਪਲ ਇੰਚਾਰਜ ਅਤੇ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚਰਕੋਟੀ ਵਿਖੇ ਮੈਂ ਉੱਥੇ ਪੜ੍ਹਾਇਆ ਆਪਣੇ ਪਿੰਡਾਂ ਵੱਲ ਤਾਂ ਉਹ ਪਿੱਛੇ ਕਿਤੇ ਨਾ ਕਿਤੇ ਮੇਰੇ ਰੂਮ ਦੇ ਪਿੱਛੇ ਖੜ੍ਹ ਜਾਂਦੇ ਸੀ ਆ ਕੇ ਬਿਲਕੁਲ ਸਾਰਾ ਕੋਈ ਵੀ ਸਟੂਡੈਂਟ ਮਿਸ ਨਹੀਂ ਕਰਦਾ ਸੀਗਾ ਇਸ ਚੀਜ਼ ਨੂੰ ਤੇ ਉਹ ਸੁਣਦੇ ਸੀ ਮੈਂ ਸੁਹਾਗ ਘੋੜੀਆਂ ਜੋ +1-2 ਦੇ ਵਿੱਚ ਨੇ ਹਮੇਸ਼ਾ ਗਾ ਕੇ ਕਿਉਂਕਿ ਲਿਖਣ ਵਾਲੇ ਨੇ ਲਿਖ ਦਿੱਤਾ ਬੱਚਿਆਂ ਨੂੰ ਅਸੀਂ ਜੋੜਨਾ ਸੋ ਜੋ ਮਾਲਕ ਨੇ ਮੈਨੂੰ ਕਲਾ ਦਿੱਤੀ ਗਾਉਣ ਦੀ ਬੱਚਿਆਂ ਨੂੰ ਪਤਾ ਲੱਗੇ ਮੈਂ ਘੋੜੀਆਂ ਉਹਨਾਂ ਨੂੰ ਗਾ ਕੇ ਸੁਹਾਗ ਦੇ ਗੀਤ ਗਾ ਕੇ ਤੇ ਕੁੜੀਆਂ ਨੂੰ ਵੀ ਲੰਬੀਆਂ ਹੇਕਾਂ ਦੇ ਗੀਤ ਸਾਰੇ ਜੋ ਵੀ ਹੁੰਦੇ ਸੀ ਉਹ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਸੀ ਇਸ ਦੇ ਨਾਲ ਬੱਚਿਆਂ ਦੀ ਇੱਕ ਤਾਂ ਆਪਾਂ ਕਹੀਏ ਮਨੋਰੰਜਨ ਵੀ ਹੁੰਦਾ ਸੀ ਤੇ ਬੱਚੇ ਜੁੜਦੇ ਬਹੁਤ ਜ਼ਿਆਦਾ ਸੀ। ਹੁਣ ਵੀ ਜੇ ਗੱਲ ਕਰੀਏ ਹੁਣ ਇੱਧਰ ਪ੍ਰਾਇਮਰੀ ਗ੍ਰੇਡਰ ਦੇ ਵਿੱਚ ਆਉਣ ਦੇ ਨਾਲ ਜਦੋਂ ਮੈਂ ਬੱਚਿਆਂ ਨੂੰ ਪੜ੍ਹਾਉਂਦਾ ਜਿਹੜੀਆਂ ਕਵਿਤਾਵਾਂ ਨੇ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਗਾ ਕੇ ਉਹਨਾਂ ਨੂੰ ਪੜ੍ਹਾਇਆ ਜਾਵੇ। ਬੱਚੇ ਬਹੁਤ ਖੁਸ਼ ਹੁੰਦੇ ਨੇ, ਯਾਦ ਕਰਦੇ ਨੇ। ਇਸ ਕਰਕੇ ਮੇਰੀ ਜਿਹੜੀ ਗਾਇਕੀ ਹੈ ਜੋ ਗਾਉਣ ਦੀ ਪਰਮਾਤਮਾ ਨੇ ਦਾਤ ਬਖਸ਼ੀ ਹੈ ਇਹ ਤਾਂ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਰਹਿੰਦਾ। ਇੱਕ ਤਾਂ ਪਤਾ ਵੀ ਨਹੀਂ ਲੱਗਦਾ ਕਿ ਕਿਹੜੇ ਵੇਲੇ ਆਪਣਾ ਸਮਾਂ ਗੁਜ਼ਰ ਗਿਆ, ਕਿਹੜੇ ਵੇਲੇ ਲੈਸਨ ਪੂਰਾ ਹੋ ਗਿਆ ਤੇ ਨਾਲ ਨਾਲ ਬੱਚਿਆਂ ਦਾ ਮਨੋਰੰਜਨ ਹੁੰਦਾ ਤੇ ਉਹਦੇ ਵਿੱਚੋਂ ਕੁਝ ਬੱਚੇ ਐਸੇ ਨਿਕਲਦੇ ਨੇ ਜਿਸ ਤਰ੍ਹਾਂ ਮੈਂ ਸੀਗਾ। ਮੈਨੂੰ ਸਰ ਨੇ ਸਾਂਭਿਆ, ਅੱਗੇ ਹੋਰ ਕਾਲਜ ਲੈਵਲ ਤੇ ਟੀਚਰ ਮਿਲਦੇ ਗਏ ਤਾਂ ਮੇਰੇ ਕੋਲ ਵੀ ਇੱਕ ਦੋ ਬੱਚੇ ਐਸੇ ਨਿਕਲੇ ਤੇ ਜਿਨ੍ਹਾਂ ਨੇ ਮੈਨੂੰ ਸੁਣ ਕੇ ਗਾਉਣਾ ਸ਼ੁਰੂ ਕੀਤਾ। ਬਹੁਤ ਵਧੀਆ। ਭੁਪਿੰਦਰ ਜਿਹੜਾ ਅੱਜ ਦੇ ਸਾਡਾ ਚੇਤਨ ਵਰਗ ਹੈ, ਖਾਸ ਕਰਕੇ ਸਾਡੇ ਜਿਹੜੇ ਵਿਦਵਾਨ ਲੋਕ ਨੇ, ਉਹ ਮਤਲਬ ਅੱਜ ਦੀ ਗਾਇਕੀ ਤੇ ਗੀਤਕਾਰੀ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਹੈ। ਹੁਣ ਜਿਹੜੇ
ਆਪਾਂ ਗੀਤ ਦੇਖਦੇ ਹਾਂ ਯੂਟਿਊਬ ਦੇ ਉੱਤੇ ਦੇਖਦੇ ਹਾਂ ਜਾਂ ਉਹਨਾਂ ਦੀ ਪ੍ਰਮੋਸ਼ਨ ਦੇ ਐਂਗਲ ਤੋਂ ਦੇਖਦੇ ਹਾਂ ਕਿ ਗੀਤਾਂ ਦੇ ਪਤਾ ਹੀ ਨਹੀਂ ਕਿੰਨੇ ਕਿੰਨੇ ਮਿਲੀਅਨ ਵਿਊ ਹੋ ਜਾਂਦੇ ਆ, ਪਰ ਜਿਹੜਾ ਸਾਡਾ ਸੁਚੇਤ ਵਰਗ ਹੈ, ਜਿਹੜਾ ਸਾਡਾ ਚੇਤਨ ਵਰਗ ਹੈ, ਇਹਨਾਂ ਗਾਇਕਾਂ ਨੂੰ ਨਸ਼ਿਆਂ ਦੀ ਗਾਇਕੀ, ਇਹਨਾਂ ਗੀਤਕਾਰਾਂ ਨੂੰ ਹਥਿਆਰਾਂ ਦੇ ਗੀਤਕਾਰ ਜਾਂ ਲਲਕਾਰਾਬਾਦ ਦੀ ਗਾਇਕੀ, ਪਤਾ ਨੀ ਇਹੋ ਜਿਹੇ ਕਿੰਨੇ ਹੀ ਸ਼ਬਦ ਸਾਡੇ ਸਾਹਮਣੇ ਆਉਂਦੇ ਆ। ਤੁਸੀਂ ਕੀ ਸੋਚਦੇ ਹੋ ਕਿ ਅੱਜ ਦੀ ਜਿਹੜੀ ਗਾਇਕੀ ਹੈ ਜਾਂ ਸਾਡੀ ਪੁਰਾਣੀ ਗਾਇਕੀ ਦੀ ਪਰੰਪਰਾ ਰਹੀ ਹੈ, ਜਿਵੇਂ ਬੜੇ ਪਿਆਰੇ ਗੀਤ ਸਾਡੇ ਕੋਲੇ ਪਿਛਲੇ ਦੌਰ ਦੇ ਵਿੱਚ, ਜੇ ਅਸੀਂ ਪੁਰਾਣੇ ਗੀਤਾਂ ਦੀ ਗੱਲ ਕਰੀਏ, ਪੁਰਾਣੇ ਗੀਤਾਂ ਨੂੰ ਸੁਣੀਏ, ਜਮਲੇ ਜੱਟ ਦਾ ਗੀਤ ਵੱਜਦਾ ਹੁੰਦਾ ਸੀ, ਤੇਰੇ ਨੀ ਕਰਾਰਾ ਮੈਨੂੰ ਪੱਟਿਆ, ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ, ਜਾਂ ਸੁਰਜੀਤ ਪਾਤਰ ਲਿਖਦਾ ਕਿ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ, ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਹੈ। ਮਤਲਬ ਤੁਹਾਨੂੰ ਕੀ ਲੱਗਦਾ ਹੈ ਬਤੌਰ ਗਾਇਕ ਕਿ ਏਦਾਂ ਦੀ ਜਿਹੜੀ ਅਮੀਰ ਵਿਧਾ ਸਾਡੀ ਅਮੀਰੀ ਵਿਧਾ ਜਿਹੜੀ ਗਾਇਕੀ ਦੀ ਹੈ ਜਾਂ ਗੀਤਕਾਰੀ ਦੀ ਹੈ, ਹੁਣ ਦੇ ਦੌਰ ਦੇ ਵਿੱਚ ਏਦਾਂ ਦੇ ਗੀਤ ਪੈਦਾ ਹੋ ਰਹੇ ਨੇ ਜਾਂ ਪੈਦਾ ਹੋ ਰਹੇ ਨੇ, ਸੁਣੇ ਨੀ ਜਾ ਰਹੇ ਜਾਂ ਗਾਇਕ ਉਹਨਾਂ ਨੂੰ ਗਾ ਨਹੀਂ ਰਹੇ, ਤੁਹਾਨੂੰ ਤੁਹਾਡਾ ਕੀ ਖਿਆਲ ਹੈ ਇਸ ਬਾਰੇ? ਪਹਿਲੀ ਗੱਲ ਤਾਂ ਗੁਰਨੈਕ ਜੀ ਇਹ ਗੱਲ ਹੈਗੀ ਆ ਵੀ ਇਸ ਤਰ੍ਹਾਂ ਦੇ ਗੀਤ ਗਾਏ ਨੀ ਜਾ ਰਹੇ। ਪਹਿਲੀ ਗੱਲ, ਬਹੁਤ ਘੱਟ ਸਿੰਗਰ ਨੇ, ਬਹੁਤ ਘੱਟ ਸੁਲਝੇ ਹੋਏ ਕਲਾਕਾਰ ਨੇ ਜਿਹੜੇ ਇਸ ਤਰ੍ਹਾਂ ਦੇ ਗੀਤ ਨੂੰ ਗਾਉਣਾ ਚਾਹੁੰਦੇ ਨੇ, ਪਰ ਜੇ ਗਾਉਣਾ ਚਾਹੁੰਦੇ ਨੇ ਤਾਂ ਆਡੀਅੰਸ ਇਸ ਤਰ੍ਹਾਂ ਦੀ ਹੋ ਚੁੱਕੀ ਹੈ। ਕਿਉਂਕਿ ਦੇਖੋ ਪਹਿਲਾਂ ਜੋ ਸੀ, ਆਪਾਂ ਮੀਡੀਆ ਦੀ ਗੱਲ ਕਰੀਏ, ਮੀਡੀਆ ਦੇ ਦੋਨੇ ਮੈਰਿਟ ਡੀਮੈਰਿਟ ਦੋਨੋਂ ਨਾਲ ਨਾਲ ਚੱਲਦੇ। ਹੁਣ ਆਪਾਂ ਜੇ ਮੀਡੀਆ ਦੀ ਗੱਲ ਕਰੀਏ, ਹਰ ਇੱਕ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਹੈ। ਜਿਸ ਕਲਾਕਾਰ ਨੇ ਜੇ ਗੀਤ ਗਾਇਆ ਹਥਿਆਰਾਂ ਤੇ, ਜੋ ਪੁਰਾਣੇ ਬਜ਼ੁਰਗ ਨੇ ਆਪਣੇ, ਜੋ ਚੰਗੀਆਂ ਕਦਰਾਂ ਕੀਮਤਾਂ ਵਾਲੇ ਗੀਤਾਂ ਨੂੰ ਪਸੰਦ ਕਰਦੇ ਨੇ, ਉਹ ਮੀਡੀਆ ਤੋਂ ਆਪਾਂ ਕਹੀਏ ਬਹੁਤ ਜ਼ਿਆਦਾ ਦੂਰ ਨੇ। ਕੁੱਝ ਕੁ ਆਪਾਂ ਕਹਿ ਸਕਦੇ ਹਾਂ, ਕੁੱਝ ਕੁ ਹਿੱਸਾ ਜੋ ਪੁਰਾਣੇ ਬਜ਼ੁਰਗਾਂ ਦਾ ਹੈ, ਜੋ ਸੱਭਿਆਚਾਰ ਨੂੰ ਪਿਆਰ ਕਰਦੇ ਨੇ, ਕਦਰਾਂ ਕੀਮਤਾਂ ਵਾਲੇ ਗੀਤਾਂ ਨੂੰ ਪਿਆਰ ਕਰਦੇ ਨੇ, ਉਹ ਬਹੁਤ ਜ਼ਿਆਦਾ ਘੱਟ ਤਾਦਾਦ ਦੇ ਵਿੱਚ ਸਾਡੇ ਕੋਲ ਨੇ ਜੋ ਕਿ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ। ਸੋਸ਼ਲ ਮੀਡੀਆ ਨਾਲ ਅੱਜ ਕੌਣ ਜੁੜਿਆ ਹੋਇਆ? ਨਵਾਂ ਜੰਗ, ਬੱਚੇ 13-14 ਸਾਲ ਦੀ ਆਪਾਂ ਗੱਲ, ਉਦੋਂ ਛੋਟੇ ਵੀ ਆਪਾਂ ਜੇ ਗੱਲ ਕਰੀਏ, ਉਹ ਵੀ ਜਿੱਦਾਂ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਅੱਜ ਕੱਲ੍ਹ ਬਹੁਤ ਜ਼ਿਆਦਾ ਮੇਰੇ ਕਲਾਕਾਰ ਵੀਰ ਨੇ, ਠੀਕ ਹੈ, ਜਿਹਨਾਂ ਦੇ ਗਾਣੇ ਨਿੱਕੇ ਨਿੱਕੇ ਬੱਚੇ ਗਾ ਰਹੇ ਨੇ, ਤੁਹਾਨੂੰ ਵੀ ਪਤਾ, ਉੱਠਦੇ ਆ ਉਹਨਾਂ ਦੇ ਗਾਣੇ ਹੁੰਦੇ ਨੇ। ਇਸ ਕਰਕੇ ਸਾਡੀ ਜਿਹੜੀ ਗਾਇਕੀ, ਪਹਿਲੀ ਗੱਲ ਤਾਂ ਗਾਈ ਇਸ ਤਰ੍ਹਾਂ ਦੀ ਜਾ ਰਹੀ ਹੈ, ਉਸ ਤੋਂ ਬਾਅਦ ਸੁਣਨ ਵਾਲੇ ਸਾਡੇ ਸਰੋਤੇ ਇਸ ਤਰ੍ਹਾਂ ਦੇ ਨੇ, 13 ਸਾਲ ਤੋਂ ਲੈ ਕੇ ਜੰਗ ਤੱਕ ਸਾਰਿਆਂ ਦੇ ਹੱਥ ਚ ਮੋਬਾਈਲ ਹੈ। ਜਿਸ ਗੀਤ ਨੂੰ ਵਿਊ ਮਿਲਦੇ ਨੇ, ਤਾਂ ਉਹ ਸਿੰਗਰ ਫਿਰ ਚਾਹੂਗਾ ਕਿ ਉਹ ਕਦੇ ਨੀ ਚਾਹੂਗਾ ਕਿ ਮੈਂ ਸੱਭਿਆਚਾਰ ਵੱਲ ਮੁੜਾਂ, ਉਹ ਹਥਿਆਰਾਂ ਵੱਲ ਹੀ ਪ੍ਰਮੋਟ, ਹਥਿਆਰਾਂ ਨੂੰ ਹੀ ਪ੍ਰਮੋਟ ਕਰੂਗਾ, ਹੋਰ ਕਈ ਤਰ੍ਹਾਂ ਦੇ ਵਿਸ਼ੇ ਨੇ ਜਿਹੜੇ ਉਹਨਾਂ ਨੂੰ ਪ੍ਰਮੋਟ ਕਰੂਗਾ, ਡਰੱਗ ਨੂੰ ਕਰੂਗਾ, ਦਾਰੂ ਨੂੰ ਕਰੂਗਾ, ਠੀਕ ਹੈ ਜੀ। ਤਾਂ ਇਸ ਕਰਕੇ ਸਾਡੇ ਜਿਹੜੇ ਸਰੋਤੇ ਸੀ, ਸੂਝਵਾਨ ਸਰੋਤੇ ਸੀ, ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਤੋਂ ਦੂਰ ਨੇ, ਤੇ ਚੰਗਾ ਗਾਉਣ ਵਾਲਿਆਂ ਨੂੰ ਉਹਨਾਂ ਦੀ ਸਪੋਰਟ ਨਹੀਂ ਮਿਲਦੀ, ਇਸ ਕਰਕੇ ਚੰਗਾ ਗਾਉਣ ਵਾਲੇ ਜਿਹੜੇ ਗਾਇਕ ਨੇ ਉਹ ਘੱਟ ਰਹੇ ਨੇ, ਮਾੜਾ ਗਾਉਣ ਵਾਲਿਆਂ ਨੂੰ ਸਪੋਰਟ ਜ਼ਿਆਦਾ ਮਿਲ ਰਹੀ ਹੈ। ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਹੈ, ਹੱਥ 'ਚ ਫੋਨ ਆ, ਉਹਨਾਂ ਕੋਲ ਲਾਈਕ ਕਰ ਦੇਣਾ, ਮਿਲੀਅਨ ਦੇ ਵਿੱਚ ਅੱਜ ਗਾਣਾ ਆਇਆ, ਤੜਕੇ ਨੂੰ ਮਿਲੀਅਨ ਦੇ ਵਿੱਚ ਲਾਈਕ ਹੁੰਦੇ ਨੇ, ਵਿਊ ਹੁੰਦੇ ਨੇ, ਤਾਂ ਉਹਨਾਂ ਨੂੰ ਲੱਗਦਾ ਕਿ ਸਾਡੀ ਇਹੀ ਸਾਡੇ ਗੀਤ ਨੇ, ਇਹੀ ਸਾਡੇ ਉਸਾਰੂ ਗੀਤ ਨੇ, ਇਹੀ ਸਾਡਾ ਸੱਭਿਆਚਾਰ ਹੈ। ਇਸ ਕਰਕੇ ਲਗਾਤਾਰ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਗਾਇਕੀ ਪ੍ਰਮੋਟ ਹੋ ਰਹੀ ਹੈ, ਤੇ ਤਾਂਹੀਓ ਸਾਡਾ ਜਿਹੜਾ ਚੇਤਨ ਵਰਗ ਹੈ, ਜੋ ਉਸਾਰੂ ਲੋਕ ਚਿੰਤਾ ਵਿੱਚ ਨੇ, ਉਹ ਚੰਗਾ ਨਹੀਂ ਸਮਝਦੇ ਇਸ ਚੀਜ਼, ਉਹ ਚੰਗਾ ਹੈ ਵੀ ਨਹੀਂ ਹੈ, ਤੁਹਾਨੂੰ ਵੀ ਪਤਾ। ਅਸੀਂ ਕਈ ਗੀਤ ਇਸ ਤਰ੍ਹਾਂ ਦੇ ਕਿ ਅਸੀਂ ਉਹਨੂੰ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਉਹ ਸੁਣਨ ਯੋਗ ਨਹੀਂ, ਸੁਣਨਾ ਤਾਂ ਦੇਖੋ ਵੀਡੀਓ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਕਿ ਬਿਲਕੁਲ ਹੀ ਦੇਖਣ ਯੋਗ ਨਹੀਂ ਹੈ। ਤੋ ਅੱਜ ਦੀ ਗਾਇਕੀ ਪੁਰਾਣੀ ਗਾਇਕੀ ਨਾਲੋਂ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਡਾਊਨਫਾਲ ਹੈ ਕਦਰਾਂ ਕੀਮਤਾਂ ਦੇ ਪੱਖੋਂ। ਭੁਪਿੰਦਰ, ਬਤੌਰ ਅਧਿਆਪਕ ਹੁਣ ਤੁਸੀਂ ਆਪਣੀ ਗਾਇਕੀ ਵਾਸਤੇ, ਆਪਣੇ ਰਿਆਜ਼ ਕਰਨ ਵਾਸਤੇ, ਆਪਣੀਆਂ ਤਿਆਰੀਆਂ ਕਰਨ ਵਾਸਤੇ ਕਿੰਨਾ ਕੁ ਟਾਈਮ ਕੱਢਦੇ ਹੋ, ਤੇ ਹੁਣ ਮੌਜੂਦਾ ਦੌਰ ਦੇ ਵਿੱਚ ਵੀ ਕਿਹਦੇ ਕੋਲੋਂ ਤੁਸੀਂ ਸਿੱਖਿਆ ਲੈ ਰਹੇ ਹੋ, ਕੌਣ ਤੁਹਾਨੂੰ ਇਸ ਦੇ ਮਤਲਬ ਇਸ ਰਾਹ ਦੇ ਉੱਤੇ ਗਾਈਡ ਕਰ ਰਿਹਾ? ਮੌਜੂਦਾ ਸਮੇਂ ਦੀ ਆਪਾਂ ਗੱਲ ਕਰੀਏ, ਟਾਈਮ ਤੁਹਾਨੂੰ ਵੀ ਪਤਾ, ਜਦੋਂ ਕਿਸੇ ਡਿਪਾਰਟਮੈਂਟ ਨਾਲ ਆਪਾਂ ਕਿਸੇ ਅਦਾਰੇ ਨਾਲ ਜੁੜ ਜਾਂਦੇ ਹਾਂ ਤਾਂ ਜ਼ਿਆਦਾ ਟਾਈਮ ਆਪਣਾ ਉਸ ਅਦਾਰੇ ਨੂੰ ਚਲਾ ਜਾਂਦਾ, 6-7 ਘੰਟੇ ਆਪਣੇ ਸਕੂਲ 'ਚ ਲੰਘ ਜਾਂਦੇ ਆ, ਘੰਟਾ ਡੇਢ ਘੰਟਾ ਆਉਣ ਜਾਣ 'ਚ ਲੰਘ ਜਾਂਦਾ, ਕੁੱਝ ਘਰੇਲੂ ਕਬੀਲਦਾਰੀ ਆਉਂਦੇ, ਪਰ ਫਿਰ ਵੀ ਕੋਸ਼ਿਸ਼ ਕਰੀਦੀ ਹੈ ਕਿ ਜਿੱਦਾਂ ਮੈਂ ਮੋਰਨਿੰਗ ਉੱਠ ਖੜਦਾ, ਕਈ ਵਾਰ ਜਿੱਦਾਂ 9 ਵਜੇ ਦਾ ਟਾਈਮ ਹੁੰਦਾ, ਸਭ ਤੋਂ ਪਹਿਲਾਂ ਅਕੈਡਮੀ ਪਹੁੰਚਣਾ, ਗੁਰੂ ਜੀ ਕੋਲ ਧੁੰਦ ਵੀ ਹੁੰਦੀ ਹੈ, ਕਈ ਵਾਰ ਉੱਥੇ ਟਾਈਮ ਘੰਟਾ ਡੇਢ ਘੰਟਾ ਉੱਥੇ ਲਾਉਣਾ, ਫਿਰ ਤਿਆਰ ਹੋਣਾ, ਫਿਰ ਸਕੂਲ ਜਾਣਾ, ਘੰਟਾ ਡੇਢ ਘੰਟਾ ਤਕਰੀਬਨ ਪਰਮਾਤਮਾ ਦੀ ਕਿਰਪਾ ਨਾਲ ਵੀ ਕੋਸ਼ਿਸ਼ ਕਰੀਦੀ ਹੈ ਕਿ ਨਿਕਲੇ ਰਿਆਜ਼ ਲਈ। ਉਸ ਤੋਂ ਬਾਅਦ ਜੇ ਸਿੱਖਣ ਦੀ ਗੱਲ ਕਰੀਏ
ਤਾਂ ਸ਼ੁਰੂ ਤੋਂ ਤੁਸੀਂ ਦੇਖ ਲਓ ਜੀ ਤੁਹਾਡੇ ਸਾਹਮਣੇ ਹੈ ਗੁਰੂ ਜੀ ਡਾਕਟਰ ਕੁਲਦੀਪ ਜੀ ਤੋਂ ਜਿੰਨਾ ਇਹਨਾਂ ਕੋਲ ਸੀ ਇਹਨਾਂ ਨੇ ਮੈਨੂੰ ਸਿਖਾਇਆ। ਉਸ ਤੋਂ ਬਾਅਦ ਕਾਲਜ ਲੈਵਲ ਤੇ ਅਨਿਲ ਭਾਰਤੀ ਜੀ ਮਿਊਜ਼ਿਕ ਦੇ ਪ੍ਰੋਫੈਸਰ ਡਾਕਟਰ ਨਿਰਮਲ ਨਿੰਮਾ ਜੀ ਫੋਕ ਐਂਡ ਸੋਪੀ ਮਿਊਜ਼ਿਕ ਦਾ ਜਦੋਂ ਡਿਪਲੋਮਾ ਕੀਤਾ ਯੂਨੀਵਰਸਿਟੀ ਉਹਨਾਂ ਤੋਂ। ਪਰ ਜੇ ਪ੍ਰੋਪਰ ਗੱਲ ਕਰੀਏ ਕਹਿੰਦੇ ਗੁਰੂ ਬਿਨਾਂ ਗਤ ਨਹੀਂ। ਸੋ ਸਤਿਕਾਰਯੋਗ ਸਰਦਾਰ ਉਜਾਗਰ ਸਿੰਘ ਅੰਟਾਲ ਉਹ ਮੇਰੇ ਗੁਰੂ ਜੀ ਨੇ ਉਹਨਾਂ ਨੂੰ ਬਕਾਇਦਾ ਮੈਂ ਪ੍ਰੋਪਰ ਰਸਮ ਅਧੀਨ ਆਪਣੇ ਗੁਰੂ ਸਵੀਕਾਰ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਓਪੋਜਿਟ ਬਿਲਕੁਲ ਆਰੀਅਨ ਮਿਊਜ਼ਿਕ ਅਕੈਡਮੀ ਮੈਂ ਉਹਨਾਂ ਕੋਲੋਂ ਇਸ ਟਾਈਮ ਸਿੱਖ ਰਿਹਾ। ਭੁਪਿੰਦਰ ਗਾਇਕੀ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪ੍ਰੋਜੈਕਟ ਹੈ ਜਿਹੜੇ ਤੁਸੀਂ ਕਰ ਰਹੇ ਹੋ, ਕਿਹੜੇ ਕਿਹੜੇ ਗੀਤ ਹੈ ਜਿਹੜੇ ਤੁਹਾਡੇ ਆ ਰਹੇ ਹੈ, ਵੀ ਉਹਨਾਂ ਦਾ ਇੱਕ ਅੱਧਾ ਬੋਲ ਵੀ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ। ਹਾਂਜੀ ਜ਼ਰੂਰ। ਗਾਣੇ ਪਹਿਲਾਂ ਆਇਆ ਸੀ ਪਤਲੋ ਗਾਣਾ ਯਾਰਨ ਬੁੱਲੇ ਤੋਂ, ਅਮਨਦੀਪ ਬੋਹਾ ਜੀ ਦਾ ਲਿਖਿਆ ਹੋਇਆ, ਕੋਈ ਦਿਲ ਤੇ ਨਹੀਂ ਲਾਉਂਦਾ ਆਪੇ ਲੱਗ ਜਾਂਦੀ ਹੈ, ਉਹ ਬੜਾ ਪਿਆਰਾ ਗੀਤ ਹੈ ਬਹੁਤ। ਇੱਕ ਵਾਰ ਸੋਚ ਲੈਂਦੀ ਜਦੋਂ ਮਿਲੀ ਸੀ ਸਾਨੂੰ ਤੇਰਾ ਕੋਈ ਵੀ ਨਹੀਂ ਸੀ, ਇਹ ਗਾਣਾ ਮੇਰਾ ਹੋਇਆ, ਗਾਣਾ ਰਿਕਾਰਡ ਹੋਇਆ ਪਿਆ ਚੰਡੀਗੜ੍ਹ ਲੁੱਟ ਚੱਲਦੀ ਤੇ। ਹੁਣ ਡਿਊਟ ਮੇਰਾ ਗੀਤ ਆ ਰਿਹਾ ਗੁਰਲੇਜ ਜੀ ਨਾਲ, ਜਿਹਦਾ ਵੀਡੀਓ ਰੈਡੀ ਹੈ, ਬਿਲਕੁਲ ਕੰਪਨੀਜ਼ ਨਾਲ ਗੱਲ ਚੱਲ ਰਹੀ ਹੈ ਤੇ ਉਹਦੀ ਵੀਡੀਓ ਵੀ ਬਣ ਚੁੱਕੀ ਆ ਸਾਰਾ ਆਲਰੇਡੀ, ਗਾਣਾ ਤਿਆਰ ਹੈ। 20-25 ਦਿਨਾਂ ਦੇ ਵਿੱਚ ਕੋਸ਼ਿਸ਼ ਰਹੂਗੀ ਕਿ 1 month ਤੱਕ ਆਪਾਂ ਕਹਿ ਸਕਦੇ ਹਾਂ ਕਿ ਉਸ ਤੋਂ ਪਹਿਲਾਂ ਜਾਂ ਵਿੱਚ ਵਿੱਚ ਉਹ ਗਾਣਾ ਸਰੋਤਿਆਂ ਦੇ ਰੂਬਰੂ ਆਪਾਂ ਕਰ ਸਕੀਏ। ਤੇ ਗੱਲ ਆਪਾਂ ਕਰਦੇ ਹਾਂ ਜਦੋਂ ਹੁਣ ਤੱਕ ਮੇਰੇ ਜੋ ਗੀਤ ਆਏ ਨੇ ਉਹਨਾਂ ਵਿੱਚੋਂ ਤੁਹਾਨੂੰ ਸੁਣਾਵਾਂ ਜਾਂ ਲੇਟੈਸਟ ਆਉਣ ਵਾਲੇ ਨੇ ਉਹਨਾਂ ਚੋਂ ਸੁਣਾਵਾਂ। ਚਲੋ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ। ਹਾਂਜੀ ਹਾਂਜੀ। ਸੋ ਗਾਣਾ ਮੇਰਾ ਸਭ ਤੋਂ ਪਹਿਲਾ ਗਾਣਾ ਜੋ ਮੈਂ ਯੂਟਿਊਬ ਤੇ ਪਾਇਆ ਸੀ, ਅਮਨਦੀਪ ਜੀ ਦਾ ਲਿਖਿਆ ਹੋਇਆ, ਉਹੀ ਗਾਣਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ। ਬਹੁਤ ਰਿਸਪੋਂਸ ਵਧੀਆ ਮਿਲਿਆ ਉਸ ਗਾਣੇ ਨੂੰ। ਜਦੋਂ ਹੋਈ ਮੈਥੋਂ ਵੱਖ ਉਹਦੀ ਨਮ ਹੋਈ ਅੱਖ, ਗੱਲ ਮੁੱਕ ਗਈ ਏ ਸਾਰੀ, ਰਹਿ ਗਏ ਦਿਲਾਂ ਵਿੱਚ ਸ਼ੱਕ। ਕੋਈ ਰੋਕੋ ਉਹਨੂੰ ਰੋਕੋ, ਉਹੀ ਅਲੱਗ ਜਾਂਦੀਆਂ, ਕੋਈ ਦਿਲ ਤੇ ਨਹੀਂ ਡਾਉਂਦਾ ਆਪੇ ਲੱਗ ਜਾਂਦੀਆਂ, ਕੋਈ ਦਿਲ ਤੇ ਨਹੀਂ ਲਾਉਂਦਾ। ਵੱਡਾ ਹੋਇਆ ਸਦਮਾ ਦੀਪ ਤੇਰੇ ਜਾਣਦਾ, ਜਵਾਨੀ ਰੁੱਤੇ ਹੋ ਗਿਆ ਮੈਂ ਕਬਰਾਂ ਦੇ ਹਾਰਦਾ, ਜਵਾਨੀ ਰੁੱਤੇ ਹੋ ਗਿਆ ਮੈਂ ਕਬਰਾਂ ਦੇ ਹਾਰਦਾ। ਬੋਹਾ ਯਾਦ ਤੇਰੀ ਆਵੇ ਜਦੋਂ ਠੱਗ ਜਾਂਦੀਆਂ, ਕੋਈ ਦਿਲ ਤੇ ਨੀ ਲਾਉਂਦਾ ਆਪੇ ਲੱਗ ਜਾਂਦੀਆਂ, ਕੋਈ ਦਿਲ ਤੇ ਨੀ ਲਾਉਂਦਾ। ਵਾਹ ਜੀ ਵਾਹ, ਬਹੁਤ ਖੂਬ। ਥੈਂਕ ਯੂ ਭੁਪਿੰਦਰ ਜੀ, ਬਹੁਤ ਸਾਰੀਆਂ ਗੱਲਾਂ ਆਪਾਂ ਸਵਾਲਾਂ ਜਵਾਬਾਂ ਦੇ ਰੂਪ ਦੇ ਵਿੱਚ ਤੁਹਾਡੇ ਨਾਲ ਕੀਤੀਆਂ। ਕੋਈ ਇਹੋ ਜਿਹੀ ਗੱਲ ਜਿਹੜੀ ਤੁਸੀਂ ਮੈਂ ਪੁੱਛਣੋਂ ਮੇਰੇ ਪੁੱਛਣ ਤੋਂ ਰਹਿ ਗਈ ਹੋਵੇ ਤੇ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਉਹ ਜ਼ਰੂਰ ਕਰਿਓ, ਤੇ ਉਸ ਤੋਂ ਬਾਅਦ ਆਪਾਂ ਸਾਡੇ ਦਰਸ਼ਕਾਂ ਦੇ ਵਿੱਚੋਂ ਜੋ ਜੁੜੇ ਹੋਏ ਉਹਨਾਂ ਦਾ ਕੋਈ ਸਵਾਲ ਜਵਾਬ ਹੋਇਆ ਤਾਂ ਉਹ ਵੀ ਆਪਾਂ ਸਾਂਝਾ ਕਰਾਂਗੇ। ਵੈਸੇ ਤਾਂ ਮੈਨੂੰ ਲੱਗਦਾ ਤੁਸੀਂ ਕੁਝ ਛੱਡੇ ਨੀ, ਪੌਣਾ ਘੰਟਾ ਹੋ ਗਿਆ। ਮੈਂ ਕਹਿੰਦਾ ਵੀ ਅੱਜ ਮੈਂ ਬਾਈ ਦੀ ਕਸੌਟੀ ਤੇ ਤੁਸੀਂ ਸਵਾਲ ਜਵਾਬ ਇੰਨੇ ਕੀਤੇ, ਮੈਂ ਕੋਸ਼ਿਸ਼ ਕੀਤੀ ਕਿ ਤੁਹਾਡੇ ਜਵਾਬ ਦੇ ਸਕਾਂ, ਕਿਉਂਕਿ ਔਖੀ ਗੱਲਬਾਤ ਹੈ ਤੁਹਾਡੇ ਨਾਲ ਵਾਰਤਾਲਾਪ ਕਰਨਾ। ਤੁਸੀਂ ਸਵਾਲ ਬਹੁਤ ਕੱਢਦੇ ਹੋ ਵਿੱਚੋਂ ਕਿਤਨਾ ਕਿਤੋਂ, ਬੜੇ ਲੰਬੇ ਸਵਾਲ ਜਵਾਬ ਚੱਲੇ ਨੇ। ਸੋ ਗੱਲ ਤੁਸੀਂ ਮੈਨੂੰ ਦੱਸੋ ਕਿ ਜੇ ਤੁਹਾਡੇ ਕੋਲ ਕੋਈ ਸਵਾਲ ਰਹਿੰਦਾ ਤੇ ਮੈਂ ਉਹਦਾ ਜਵਾਬ ਦੇ ਸਕਾਂ, ਕੋਈ ਗਾਣਾ ਤੁਹਾਡੇ ਦਿਲ 'ਚ ਐਸਾ ਹੋਵੇ ਮਤਲਬ ਕੁਛ ਸੁਣਨਾ ਹੋਵੇ ਤਾਂ ਮੈਂ ਤੁਹਾਡੇ ਲਈ ਹਾਜ਼ਰ ਹਾਂ। ਮੈਨੂੰ ਤਾਂ ਨਹੀਂ ਲੱਗਦਾ ਮੇਰੇ ਅਕੋਰਡਿੰਗ ਵੀ ਕੁਛ ਰਹਿ ਗਿਆ ਹੋਊ। ਓਕੇ ਜੀ, ਚਲੋ ਸਾਡੇ ਅਸੀਂ ਲੰਬਾ ਸਮਾਂ ਜਿਹੜੀ ਗੱਲਬਾਤ ਕੀਤੀ ਬਤੌਰ ਅੱਜ ਦੇ ਸਮੇਂ ਨੂੰ ਲੈ ਕੇ ਇੱਕ ਅਧਿਆਪਕ ਨਾਲ ਜੁੜੇ ਹੋਣ ਦੇ ਬਾਵਜੂਦ, ਭੁਪਿੰਦਰ ਦੇ ਸਮਾਜਿਕ ਸਰੋਕਾਰ ਕੀ ਨੇ, ਉਹਦੀ ਗਾਇਕੀ ਦੇ ਸਰੋਕਾਰ ਕੀ ਨੇ,
ਜਾਂ ਅੱਜ ਦੇ ਹਾਲਾਤਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਸਾਨੂੰ ਹੋਰ ਲੋੜ ਹੈ, ਕਿਹੋ ਜਿਹੇ ਕੰਮ ਕਰਨ ਦੀ ਲੋੜ ਹੈ ਜਾਂ ਕਿਹੋ ਜਿਹੀਆਂ ਗਤੀਵਿਧੀਆਂ ਕਰਨ ਦੀ ਲੋੜ ਹੈ, ਜਿਹੜੀਆਂ ਗਤੀਵਿਧੀਆਂ ਸਾਡੇ ਸਮਾਜ ਨੂੰ ਸੇਧ ਦੇਣ, ਜਿਹੜੀਆਂ ਗਤੀਵਿਧੀਆਂ ਸਾਨੂੰ ਕਿਸੇ ਚੰਗੇ ਪਾਸੇ ਲੈ ਕੇ ਜਾਣ, ਸਾਡੇ ਅੰਦਰ ਗਿਆਨ ਦੀ ਜੋਤ ਹੈ ਜਿਹੜੀ ਉਹ ਬਲਣ। ਸੋ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਸਵਾਲਾਂ ਜਵਾਬਾਂ ਦੇ ਵਿੱਚ ਆਪਾਂ ਤੁਹਾਡੇ ਰੂਬਰੂ ਕੀਤੀਆਂ। ਹੁਣ ਮੇਰੀ ਬੇਨਤੀ ਹੈ ਕਿ ਸਾਡੇ ਨਾਲ ਸਾਡਾ ਸਮੂਹ ਐਡਮਿਨ ਪੈਨਲ ਜੁੜਿਆ ਹੋਇਆ ਤੇ ਕਈ ਦਰਸ਼ਕ ਸਾਡੇ ਹੋਰ ਵੀ ਸਾਡੇ ਨਾਲ ਜੁੜੇ ਹੋਏ ਹੈ। ਸੋ ਕਿਸੇ ਵੀ ਸਾਥੀ ਦੇ ਮਨ ਦੇ ਵਿੱਚ ਕੋਈ ਸਵਾਲ ਹੋਵੇ ਭੁਪਿੰਦਰ ਜੀ ਨੂੰ ਕਰਨ ਵਾਸਤੇ ਤਾਂ ਉਹ ਜ਼ਰੂਰ ਕੀਤਾ ਜਾਵੇ ਤੇ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਵੱਲ ਚੱਲਾਂਗੇ। ਤੇ ਮੈਂ ਅਗਲੀ ਕਮਾਂਡ ਵਾਸਤੇ ਕਹੂੰਗਾ ਕਿ ਡਾਕਟਰ ਕੁਲਦੀਪ ਜੀ ਇਸ ਨੂੰ ਕਮਾਂਡ ਕਰਨ। ਹਾਂਜੀ, ਬਹੁਤ ਹੀ ਸਤਿਕਾਰਕ ਦੋਸਤੋ, ਤੁਸੀਂ ਭੁਪਿੰਦਰ ਨਾਲ ਇੱਕ ਲੰਮੀ ਗੱਲਬਾਤ ਸੁਣੀ ਤੇ ਉਸ ਗੱਲਬਾਤ ਦੇ ਵਿੱਚੋਂ ਭੁਪਿੰਦਰ ਦੇ ਸਾਰੇ ਕੰਸਰਨ ਵੀ ਸਾਨੂੰ ਦਿਖਾਈ ਦਿੰਦੇ ਨੇ ਕਿ ਕਿਸ ਤਰ੍ਹਾਂ ਇੱਕ ਬਹੁਤ ਸਧਾਰਨ ਬੈਕਗਰਾਉਂਡ ਦੇ ਵਿੱਚੋਂ ਉੱਠ ਕੇ ਕੋਈ ਬੰਦਾ ਆਪਣੇ ਪ੍ਰੋਫੈਸ਼ਨ ਦੇ ਵਿੱਚ ਉੱਚੀਆਂ ਸਿਖਰਾਂ ਤੇ ਪਹੁੰਚਦਾ ਹੈ। ਭਾਵੇਂ ਕੋਈ ਸਿਖਰ ਅੰਤਮ ਨਹੀਂ ਹੁੰਦੀ, ਜਿੱਥੇ ਅਸੀਂ ਪਹੁੰਚੇ ਹੁੰਦੇ ਹਾਂ ਹਮੇਸ਼ਾ ਉਸ ਤੋਂ ਅੱਗੇ ਤੁਰਨਾ ਹੁੰਦਾ ਹੈ ਤੇ ਭੁਪਿੰਦਰ ਲਗਾਤਾਰ ਉਹਨਾਂ ਰਾਹਾਂ ਤੇ ਤੁਰ ਰਿਹਾ ਤੇ ਅਜੇ ਅਸੀਂ ਬਹੁਤ ਅੱਗੇ ਤੱਕ ਜਾਂਦਾ ਦੇਖਣਾ ਚਾਹੁੰਦੇ ਹਾਂ ਭੁਪਿੰਦਰ ਨੂੰ। ਮੈਨੂੰ ਅੱਜ ਇਸ ਗੱਲ ਦਾ ਵੀ ਮਾਣ ਹੈ ਕਿ ਮੇਰੇ ਦੋ ਸ਼ਾਗਿਰਦਾਂ ਦੇ ਵਿੱਚੋਂ ਇੱਕ ਸ਼ਾਗਿਰਦ ਇੰਟਰਵਿਊ ਕਰ ਰਿਹਾ ਹੈ ਤੇ ਇੱਕ ਸ਼ਾਗਿਰਦ ਦੀ ਇੰਟਰਵਿਊ ਲਈ ਜਾ ਰਹੀ ਹੈ ਤੇ ਤੀਜਾ ਸ਼ਾਗਿਰਦ ਮੇਰਾ ਐਡਮਿਨ ਹੈ, ਕੋ ਹੋਸਟ ਹੈ, ਜਿਹੜਾ ਨਾਲ ਸਾਰਾ ਟੈਕਨੀਕਲ ਸਿਸਟਮ ਇਹਦਾ ਦੇਖ ਰਿਹਾ ਹੈ। ਤੇ ਕਿਸੇ ਮਾਂ ਬਾਪ ਲਈ ਤੇ ਕਿਸੇ ਅਧਿਆਪਕ ਲਈ ਮੈਨੂੰ ਲੱਗਦਾ ਇਸ ਤੋਂ ਵੱਡਾ ਮਾਣ ਕੋਈ ਨਹੀਂ ਹੁੰਦਾ ਹੈਗਾ ਜਦੋਂ ਉਹਦੇ ਬੱਚੇ ਤੇ ਜਾਂ ਉਹਦੇ ਸ਼ਾਗਿਰਦ ਉਹਨਾਂ ਸਿਖਰਾਂ ਤੇ ਪਹੁੰਚਣ, ਉਹਨਾਂ ਬੁਲੰਦੀਆਂ ਤੇ ਪਹੁੰਚਣ ਕਿ ਉਹ ਆਪਣਾ ਇੱਕ ਮੁਕਾਮ ਹਾਸਲ ਕਰ ਲੈਣ। ਇਸ ਪੱਖੋਂ ਮੈਨੂੰ ਬਹੁਤ ਮਾਣ ਹੈ ਆਪਣੇ ਆਪ ਤੇ ਕਿ ਭੁਪਿੰਦਰ, ਗੁਰਨੈਬ, ਸੁਖਜੀਵਨ, ਨਵਨੀਤ ਤੇ ਹੋਰ ਬਹੁਤ ਸਾਰੇ ਹਜ਼ਾਰਾਂ ਹਜ਼ਾਰਾਂ ਮੇਰੇ ਵਿਦਿਆਰਥੀ ਨੇ ਹੁਣ ਤੱਕ ਜਿਹੜੇ ਅਲੱਗ ਅਲੱਗ ਖੇਤਰਾਂ ਦੇ ਵਿੱਚ ਵੱਡੇ ਮੁਕਾਮ ਤੱਕ ਪਹੁੰਚੇ ਨੇ, ਜਿਨ੍ਹਾਂ ਨੇ ਆਪਣਾ ਇੱਕ ਨਾਂ ਬਣਾਇਆ। ਇੱਕ ਅਕਸਰ ਅੰਮ੍ਰਿਤਾ ਪ੍ਰੀਤਮ ਦੇ ਮਾਮਲੇ 'ਚ ਗੱਲ ਕਹੀ ਜਾਂਦੀ ਹੈ ਕਿ ਅੰਮ੍ਰਿਤਾ ਪ੍ਰੀਤਮ ਦਾ ਪਿਤਾ ਕਰਤਾਰ ਸਿੰਘ ਹਿੱਤਕਾਰੀ ਸੀ। ਸ਼ੁਰੂ ਦੇ ਵਿੱਚ ਜਦੋਂ ਅੰਮ੍ਰਿਤਾ ਬਹੁਤ ਛੋਟੀ ਹੁੰਦੀ ਸੀ ਤਾਂ ਇਹ ਕਿਹਾ ਜਾਂਦਾ ਸੀ ਕਿ ਉਹ ਕਰਤਾਰ ਸਿੰਘ ਹਿੱਤਕਾਰੀ ਦੀ ਬੇਟੀ ਜਾਂਦੀ ਹੈ। ਕਹਿਣ ਦਾ ਭਾਵ ਅੰਮ੍ਰਿਤਾ ਦੀ ਪਹਿਚਾਣ ਅੰਮ੍ਰਿਤਾ ਕਰਕੇ ਨਹੀਂ ਸੀ, ਕਰਤਾਰ ਸਿੰਘ ਹਿੱਤਕਾਰੀ ਕਰਕੇ ਸੀ। ਫਿਰ ਇੱਕ ਦੌਰ ਉਹ ਆਇਆ ਜਦੋਂ ਇਹ ਸੰਵਾਦ, ਇਹ ਡਾਇਲੋਗ ਉਲਟ ਗਿਆ, ਜਦੋਂ ਇਹ ਕਿਹਾ ਜਾਣ ਲੱਗ ਪਿਆ ਕਿ ਉਹ ਬਜ਼ੁਰਗ ਹੈ ਜਿਹੜਾ ਉਹ ਅੰਮ੍ਰਿਤਾ ਪ੍ਰੀਤਮ ਦਾ ਪਿਤਾ ਹੈ। ਸੋ ਇੱਕ ਸਮਾਂ ਹੁੰਦਾ ਜਦੋਂ ਬੰਦਾ ਆਪਣੇ ਬੱਚਿਆਂ ਕਰਕੇ, ਆਪਣੀ ਔਲਾਦ ਕਰਕੇ ਤੇ ਆਪਣੇ ਸ਼ਾਗਿਰਦਾਂ ਕਰਕੇ ਜਾਣਿਆ ਜਾਂਦਾ ਹੈ। ਤੇ ਅੱਜ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਨੂੰ ਬਹੁਤ ਲੋਕ ਮੇਰੇ ਸ਼ਾਗਿਰਦਾਂ ਕਰਕੇ ਜਾਣਦੇ ਨੇ ਕਿ ਉਹ ਭੁਪਿੰਦਰ ਦਾ ਉਸਤਾਦ ਹੈ, ਉਹਦਾ ਟੀਚਰ ਹੈ, ਜਾਂ ਗੁਰਨੈਬ ਦਾ ਟੀਚਰ ਹੈ, ਜਾਂ ਗੁਲਾਬ ਸਿੰਘ ਦਾ ਟੀਚਰ ਹੈ, ਜਾਂ ਹੋਰ ਬਹੁਤ ਸਾਰੇ ਸ਼ਾਗਿਰਦ ਨੇ ਜਿਹੜੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਉਹਦੇ ਬੱਚੇ, ਜਦੋਂ ਉਹਦੇ ਸ਼ਾਗਿਰਦ ਉਹਦੀ ਆਈਡੈਂਟੀ ਬਣ ਜਾਣ, ਉਹਦੀ ਪਹਿਚਾਣ ਬਣ ਜਾਣ। ਤੇ ਅੱਜ ਵਿਦਿਅਕ ਖੇਤਰ ਦੇ ਵਿੱਚ, ਕਲਾਵਾਂ ਦੇ ਖੇਤਰ ਦੇ ਵਿੱਚ, ਸੇਵਾਵਾਂ ਦੇ ਖੇਤਰ ਦੇ ਵਿੱਚ, ਬਹੁਤ ਸਾਰੇ ਖੇਤਰਾਂ ਦੇ ਵਿੱਚ ਮੈਨੂੰ ਯਾਦ ਨਹੀਂ ਕਿ ਮੈਂ ਕਿੱਥੇ ਕਿੱਥੇ ਬੂਟੇ ਲਾਏ ਨੇ ਤੇ ਉਹ ਕਿੱਡੇ ਕਿੱਡੇ ਹੋ ਗਏ ਤੇ ਕਦੋਂ ਕਦੋਂ ਕੋਈ ਬੂਟਾ ਘਣਸ਼ਾਮਾ ਰੁੱਖ ਬਣ ਕੇ ਯਾਦ ਕਰਦਾ ਤੇ ਉਹਨਾਂ ਬੂਟਿਆਂ ਦੇ ਵਿੱਚੋਂ ਜਿਹੜੇ ਵੱਡੇ ਬੂਟੇ ਨੇ, ਜਿਹੜੇ ਸਿਰ ਕੱਢ ਬੂਟੇ ਨੇ, ਉਹ ਤੁਹਾਡੇ ਸਾਹਮਣੇ ਨੇ ਅੱਜ। ਗੁਰਨੈਬ ਤੇ ਭੁਪਿੰਦਰ ਦੀ ਜਿਹੜੀ ਜੋੜੀ ਹੈ, ਗੁਰਨੈਬ ਦਾ ਆਪਣਾ ਮੁਕਾਮ ਹੈ ਸਾਹਿਤ ਦੇ ਖੇਤਰ ਦੇ ਵਿੱਚ ਤੇ ਭੁਪਿੰਦਰ ਦਾ ਗਾਇਕੀ ਦੇ ਖੇਤਰ ਦੇ ਵਿੱਚ ਆਪਣਾ ਮੁਕਾਮ ਹੈ। ਤੇ ਜਿਵੇਂ ਭੁਪਿੰਦਰ ਨੇ ਵਾਰ ਵਾਰ ਯਾਦ ਕਰਾਇਆ ਕਿ ਜਿਹੜਾ ਸਫ਼ਰ ਸੀ ਉਹ ਪੀਟਰ ਰੇੜਿਆਂ ਤੋਂ ਸ਼ੁਰੂ ਹੋਇਆ ਸੀ ਤੇ ਰਾਤਾਂ ਨੂੰ ਪੀਟਰ ਰੇੜਿਆਂ ਤੇ ਲੱਦ ਕੇ ਜਦੋਂ ਸਾਖਰਤਾ ਮੁਹਿੰਮ ਚਲਾਈ ਜਾਂਦੀ ਸੀ ਤੇ ਗੱਡਿਆਂ ਤੇ ਸਟੇਜਾਂ, ਰੂੜੀਆਂ ਤੇ ਸਟੇਜਾਂ ਲਾ ਕੇ ਨਾਟਕ ਕੀਤੇ ਜਾਂਦੇ ਸੀ। ਜਿਹੜਾ ਬੰਦਾ ਰੂੜੀਆਂ ਦੀਆਂ ਸਟੇਜਾਂ ਤੋਂ ਗਾਉਣ ਲੱਗ ਗਿਆ ਹੋਵੇ ਉਹਦੇ ਵਾਸਤੇ ਅੱਜ ਕੱਲ੍ਹ ਦੀਆਂ ਜਿਹੜੀਆਂ ਲਾਈਟ ਐਂਡ ਸਾਊਂਡ ਦੀਆਂ ਸਟੇਜਾਂ ਨੇ ਉਹ ਮੇਰੇ ਖਿਆਲ ਦੇ ਵਿੱਚ ਕੋਈ ਮਾਇਨੇ ਨਹੀਂ ਰੱਖਦੀਆਂ ਹੈਗੀਆਂ, ਕਿਉਂਕਿ ਗਰਾਊਂਡ ਲੈਵਲ ਤੇ ਜਿਹਨੇ ਕੰਮ ਕੀਤਾ ਉਹਦੇ ਵਾਸਤੇ ਇਹ ਗੱਲਾਂ ਛੋਟੀਆਂ ਹੁੰਦੀਆਂ ਨੇ। ਕੰਫੀਡੈਂਸ ਲੈਵਲ ਬੰਦੇ ਦਾ ਇੰਨਾ ਪੈਦਾ ਹੋ ਜਾਂਦਾ ਕਿ ਬੰਦਾ ਕਿਤੇ ਮਾਰ ਨਹੀਂ ਖਾਂਦਾ ਹੈਗਾ। ਬੇਸ਼ੱਕ ਮੰਡੀ ਦਾ ਦੌਰ ਹੈ,
ये मंडी मुकाबले की मंडी है, इस मंडी दे विच टिकना बहुत औखा है, इस मंडी दे विच कल्ली तुहाडी क्वालिटी काम नहीं करती, क्वालिटी दे नाल नाल होर बहुत सारे फैक्टर ने जिहड़े तुहाडे कैरियर दे विच अपनी भूमिका निभाउंदे ने। पर फिर भी मैं अपने शिगिरदां ते इस गल का बहुत माण है कि दौर जिहो जिहा मर्जी होवे, जिहड़े बंदे अंदर कुछ कहण नूं कुछ करन नूं हुंदा, जिहड़े बंदे अंदर कोई कला हुंदी है उहदी कला लोकां दे सिर चढ़ के बोलदी है, ते अज भुपिंदर उड्डत दी जिहड़ी कला है उह वी लोकां दे सिर चढ़ के बोलदी है। जिहड़ी स्टेज ते भुपिंदर गाउंदा है तां उत्थे माण महसूस हुंदा है, जदों लोक वाह वाह करदे ने, जदों लोक शाबाश दिंदे ने, जदों लोक ये कहिंदे ने कि वाकई इस बंदे कोले आवाज़ है। खास तौर पर फोक दे विच भुपिंदर जदों हिक दे जोर ते गाउंदा है, चाहे वह दुल्ला गावे ते चाहे वह मिर्जा गावे ते चाहे साडे जिहड़े होर लोक गीत ने, जदों वह भुपिंदर गाउंदा है तां वह बाकमाल है, उहदा कोई मुकाबला नहीं हैगा। ते भुपिंदर दी एक खासियत यह भी है कि भुपिंदर लगातार सिख रहा है। सीखना अपने आप दे विच वड्डी गल है, उस्ताद होना बड़ी दूर दी गल हुंदी है, पर सब तो पहला चंगा शिगिरद होना सब तो वड्डी गल है, लगातार सीखना बहुत वड्डी गल है। ते भुपिंदर एक दो गल्लां जिहड़ियां तुहाडे तों मैं जानना चाहुंदा, उस सवाल दे रूप दे विच वी कह लईए जां एक्सटेंशन दे रूप च कह लईए अगलियां गल्लां दे रूप दे विच, क्योंकि आपां 10-15 मिनट अजे होर लाउणे ने। एक तां नाटकां दे विच जदों अज वी नाटक करदे आ भुपिंदर साडे नाल हुंदा है, क्योंकि भुपिंदर भावें फिजिकली नाल नहीं हुंदा पर साडे सारे नाटकां दा जिहड़ा प्लेबैक म्यूजिक है वह भुपिंदर की आवाज़ के, चाहे असं खुदकुशी के मोड से खेडते हैं, चाहे अभी मैं अजय जिंदा हाँ खेडते हैं, चाहे गिरजा खेडते हैं, चाहे ये जंग कौन लड़े खेडते हैं, मेरे ख्याल के साडा कोई नाटक योजा नहीं है जिदे भुपिंदर साढ़े नाल ना हो आवाज़ के रूप के। एक तू जो कोई याद ने कुछ लैना प्लेबैक के तौर पर वो जरूर सुनायो, क्योंकि असी थोनों अजे भी नाटकों का उमें एक पार्ट मन के चलते हाँ, जिमें तुसी साडे नाल पहला नाटक करते रहे हो। एक गल दूजी गल जी मैं जानना चाहना वह है किसान संघर्ष के प्रसंग दे विच, किसान संघर्ष ने भुपिंदर गायकी नूं एक वड्डा मोड़ दिता है। इस मोड़ दे बहुत सारिया परतां ने, इहदियां बहुत सारिया लेयर्स ने। एक लेयर इहदी इह भी है कि पहला गायकां नूं मंडी कितों होर मिलदी सी, उहदे कस्टमर कितें होर सी, हुण उहनां नूं लगदा है कि मंडी इत्थों भी मिल सकती है, इस करके बहुत सारे गायक इस मंडी वल आ गए कि अज किसान संघर्ष विक रहा है तां किसानी दे गीत गा दो। पर बहुत सारे लोग स्पिरिचुअली भी किसानी दे संघर्ष नाल जुड़े हुए ने, जिहड़े अंदरों गाउंदे ने। तुसीं किसान संघर्ष दे प्रसंग दे विच की गाउण दी कोशिश कीती है जां की तुहाडा इस मामले तजर्बा रहा, सो इह दो गल्लां मैं जानना चाहुंदा ते आपां तां कि अगली जिहड़ी सवालां दी लड़ी है उह अगे तुर सके। भुपिंदर हाँ जी, थैंक यू गुरु जी। किसानी ये तुसी गल सही करी, अजकल सारे गायकों को, क्योंकि जे आप कमर्शियल गायकी की गल करिए ब्याहां शादियों के प्रोग्राम, एक तो करोना की गल करती है आप, वो बिल्कुल बंद हो चुके सी, तां किते ना किते इस पैसे वाली मंडी के अपने आप को कंटिन्यू रखने वास्ते सारे ने सोचा कि मौजूदा जिहड़ा मतलब क्या है, एक तरह किसानी की गल करांगे, दूसरा ये असीं श्रोतियां दे रूप भी होंदे रहिंदे, हर एक ने ही कुछ ना कुछ गाया, तो ट्रिब्यूट किया, तो साडा फर्ज भी बनता सारे का, क्योंकि सारे दे वास्ते ये जिहड़े बिल ने बहुत ज्यादा अपन पता है कि मारू ने। मैं भी कोशिश की सी कि इस दे विच धरती पुत्र मेरा गीत आया सी, इन्हां ठोठर करदियां रातां विच ते धुंद भिजियां प्रभातां विच, जिन्हां ने डेरे लाए ने कि धरती पुत्र दिल्ली तों अपने हक मंगण लई आए ने। डॉक्टर अमरजीत सिंह कौंके जी दे लिखा होया गीत मैं श्रोत, तो सारे ही गायकों ने हुण आपां देख ही रहे हां, हुण भी गायक ने जिहड़े ज्यादातर आपां नूं उस धरनियां दे विच मिलदे ने, उस संघर्ष दे विच मिलदे ने, जिन्हां नूं सहयोग है, ते कुछ क ने आपां कहीए मंडीकरण की गल करिए, कुछ क ने इस नूं इस संघर्ष नूं अपने मंडी दे तौर ते भी वरतिया जी। हाँ जी, कोई होर सवाल जो कोई करना चाहता है फिलहाल, जो कोई नाटकों के प्रसंग दे विच तुसी कोई टिप्पणी करना चाहते हो प्लेबैक के तौर पर, नाटक के कलाकार के तौर पर, कोई नाटक का गीत जो तुहाडे याद आता है कोई वह सुनाना चाहते हो जरूर सुनाओ, उस तो बाद आप अगला सवाल लेने। हाँ जी भुपिंदर, आवाज आ रही है जी? हाँ, मैं नाटकों के प्रसंग के कहते कि नाटकों के प्रसंग की टिप्पणी है, तुसी इस प्रसंग की कहना चाहते हो नाटकों के प्लेबैक सिंगर के तौर पर।
प्लेबैक सिंगर के तौर पर आप गल करिए जो मेरी गायकी का बड़ा ज्यादा निखार आया। एक स्टेजी गायकी अलग होंगी है, जो आप गल करते हैं अखाड़े लाने वो एक एक अलग विधा, पर पिठवर्ती गायक जो आप गल करिए नाटकों के जिन्ना चिर मैं चाहना भी जो ठहरा आ जो आप कहने रस आ अलग अलग सीन होंगे ने अपने आप को किदां ढालना। मेरे विच ये बड़ा कुछ जो आप कही प्लेबैक सिंगिंग ने बड़ा कुछ भरिया, वो फील भरिया जिदा तुसी कोई सीन लिख देंदे सी ते प्रॉपर उस सीन नूं देख देंदे, उस तरह कोई दर्द भरिया सीन सी, कोई जोश वाला सीन सीगा, उस चीज ने मेरी गायकी नूं बड़ा निखारिया। सो मैं शुक्रिया करदा तुहाडा कि तुसी मैनूं नाल नाल रखिया ते इन्हां नाटकां ने मेरे मेरे विच इस तरह की कला भरी कि मैं अपने आप नूं हर एक मूड दे अकॉर्डिंग गा सकां। क्या बात, बहुत अच्छा बहुत अच्छा। हाँ जी, कोई दोस्त होर सवाल करना चाहुंदा है? हेलो जी, हाँ सुखजीवन। हाँ जी, बहुत बार मतलब भुपिंदर नूं सुनिया, कई बार तो इस तरह के मौके भी बने के एको ही गाउण वाला हुंदा सी ते एको ही सुनन वाला हुंदा सी, ते इस करके भुपिंदर की गायकी का रंग पहला भी बहुत माण है। ਪਰ ਇੱਕ ਤੁਸੀਂ ਵੀ ਇਹ ਚ ਜੁਆਇਨ ਕਰ ਸਕਦੇ ਹੋ, ਯੂਰ ਮਾਈਕਰੋ ਅਨਮਿਊਟਡ ਆ ਗਿਆ ਨਾ, ਬਲਜੀਤ ਸਿੰਘ ਰਿਆੜ ਇਜ਼ ਸਪੀਕਿੰਗ। ਹੈਲੋ, ਹਾਂਜੀ ਬੋਲੋ 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 ਬੋਲੋ। ਹਾਂਜੀ, ਤੇ ਪਿੱਛੇ ਜੇ ਭੁਪਿੰਦਰ ਨੇ ਫਿਲਮਾਂ ਦੇ ਵਿੱਚ ਵੀ ਪਲੇਬੈਕ ਸਿੰਗਿੰਗ ਦੇ ਵਿੱਚ ਥੋੜਾ ਬਹੁਤ ਕੰਮ ਕੀਤਾ ਸੀਗਾ, ਤਾਂ ਉਹਦੇ ਵਿੱਚ ਇੱਕ ਵੱਖਰੀ ਸਿਨਫ ਸੀ ਜਿਹੜੀ ਗਾਇਕੀ ਦੀ, ਬੋਲੀਆਂ ਗਿੱਧੇ ਦੀਆਂ, ਤੇ ਉਹਨਾਂ ਨੂੰ ਗਾਇਆ ਸੀ, ਤੇ ਮੈਂ ਚਾਹੁੰਦਾ ਕਿ ਉਹ ਨਮੂਨਾ ਜ਼ਰੂਰ ਭੁਪਿੰਦਰ ਸਾਂਝਾ ਕਰੇ ਆਪਣੇ ਸਾਰੇ ਸਰੋਤਿਆਂ ਦੇ ਨਾਲ। ਥੈਂਕ ਯੂ ਸੁਖਜੀਵਨ ਜੀ, ਥੈਂਕ ਯੂ। ਹਾਂਜੀ, ਸੋ ਹਾਂ ਵਿੱਚੋਂ ਗੱਲਾਂ, ਕਿਉਂਕਿ ਇੱਕ ਘੰਟਾ ਦੇਖੋ ਆਪਣੀ ਵਾਰਤਾਲਾਪ ਹੁੰਦੀ ਰਹੀ, ਪਰ ਕੁਝ ਗੱਲਾਂ ਫਿਰ ਵੀ ਕਿਤੇ ਨਾ ਕਿਤੇ ਲੁਕੇ ਛਿਪੇ ਰਹਿ ਜਾਂਦੀਆਂ ਨੇ। ਸੋ ਵਿਆਹਾਂ ਦੇ ਵਿੱਚ ਜੋ ਜਾਗੋ ਕੱਢੀ ਜਾਂਦੀ ਹੈ, ਉਹਦੇ ਵਿੱਚ ਜ਼ਿਆਦਾ ਜਾਗੋ ਉਹੀ ਚੱਲ ਰਹੀ ਹੈ ਜਿਹੜੀਆਂ ਬੋਲੀਆਂ ਨੇ। ਉਹਦੇ ਵਿੱਚ ਪੰਮੀ ਬਾਈ ਜੀ ਦੀ ਫਿਲਮ ਆਈ ਸੀ ਦਾਰਾ ਫਿਲਮ, ਸੋ ਉਹਦੀਆਂ ਜਿਹੜੀਆਂ ਬੋਲੀਆਂ ਉਹਦੀ ਵੋਕਲ ਮੈਂ ਕੀਤੀ ਸੀਗੀ। ਉਹਦੇ ਵਿੱਚ ਜੋ ਸ਼ੁਰੂਆਤ ਬੋਲੀ ਹੈ ਉਹ ਮੇਰੀ ਵੋਕਲ ਤੋਂ ਹੀ ਸ਼ੁਰੂ ਹੋ ਰਹੀ ਹੈ ਜਾਗੋ ਤੇ। ਉਹਦੇ ਟਿਕਟੋਕ ਬਹੁਤ ਜ਼ਿਆਦਾ ਬਣੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਟਿਕਟੋਕ ਬਣਾ ਕੇ ਸੈਂਡ ਕੀਤੀ ਗਈ ਹੈ, ਸੋ ਉਹ ਮੈਂ ਤੁਹਾਡੇ ਨਾਲ ਬੋਲੀ ਸਾਂਝੀ ਕਰੂੰਗਾ, ਪੰਜਾਬੀ ਸੱਭਿਆਚਾਰ ਦਾ ਹਿੱਸਾ। ਸੁਣਨੀ ਮੇਲਣੇ ਨੱਚਣ ਵਾਲੀਏ ਬਹੁਤਾ ਨਾ ਸ਼ਰਮਾਈਏ, ਨੀ ਜਾ ਕੁੰਡ ਕੱਢਦੀ ਬਹੁਤੀ ਸੋਹਣੀ, ਉਹ ਜਾ ਕੁੰਡ ਕੱਢਦੀ ਬਹੁਤੀ ਸੋਹਣੀ, ਜਾ ਕੁੰਡ ਕੱਢਦੀ ਕਾਣੀ, ਨੀ ਤੂੰ ਤਾਂ ਮੈਨੂੰ ਲੱਗੇ ਸ਼ਕੀਨਣ, ਉਹ ਤੂੰ ਤਾਂ ਮੈਨੂੰ ਲੱਗੇ ਸ਼ਕੀਨਣ, ਘੁੰਡ ਚੋਂ ਅੱਖ ਪਜਾਣੀ ਖੁੱਲ ਕੇ ਨੱਚ ਲੈਣੀ, ਬਣ ਗਿੱਧਿਆਂ ਦੀ ਰਾਣੀ ਖੁੱਲ ਕੇ ਨੱਚ ਲੈਣੀ, ਬਣ ਗਿੱਧਿਆਂ ਦੀ ਰਾਣੀ ਖੁੱਲ ਕੇ ਨੱਚ ਲੈਣੀ। ਮਛਲੀ ਵਾਲੀਏ ਮਛਲੀ ਨਾਲ ਸ਼ਿਕਾਈਏ, ਨੀ ਖੂਟੋ ਬੇਤਰੀ ਹੋਵੇ ਚਰਚਾ, ਉਹ ਖੂਟੋ ਬੇਤਰੀ ਹੋਵੇ ਚਰਚਾ, ਚਰਚਾ ਨਾ ਕਰਵਾਈਏ ਨੀ ਵਿੱਚ ਦੀ ਮੁੰਡਿਆਂ ਦੇ, ਸੱਪ ਬਣ ਕੇ ਲੰਘ ਜਾਈਏ ਨੀ ਵਿੱਚ ਦੀ ਮੁੰਡਿਆਂ ਦੇ, ਸੱਪ ਬਣ ਕੇ ਲੰਘ ਜਾਈਏ ਨੀ ਵਿੱਚ ਦੀ ਮੁੰਡਿਆਂ ਦੇ। ਕਿਆ ਬਾਤ ਹੈ, ਬਹੁਤ ਅੱਛੀ ਬਹੁਤ। ਹੋਰ ਕੋਈ ਸਵਾਲ? ਡਾਕਟਰ ਇੰਦਰਪ੍ਰੀਤ ਧਾਮੀ ਆਪਣੇ ਨਾਲ ਜੁੜੇ ਹੋਏ ਨੇ, ਜਸਵਿੰਦਰ ਸਿੰਘ ਜੁੜੇ ਹੋਏ ਨੇ, ਹੋਰ ਕਈ ਦੋਸਤ ਜੁੜੇ ਹੋਏ ਨੇ, ਮੈਡਮ ਨਿਰਮਲ ਕੌਰ ਕੋਟਲਾ ਜੁੜੇ ਹੋਏ ਨੇ, ਕੋਈ ਵੀ ਸਵਾਲ ਕਰਨਾ ਚਾਹੁੰਦੇ ਨੇ। ਇੱਕ ਫੇਸਬੁੱਕ ਦੇ ਉੱਤੇ ਤੁਹਾਨੂੰ ਗੁਰਚਰਨ ਸਿੰਘ ਮਾਨ ਹੋਰਾਂ ਨੇ ਯਾਦ ਕੀਤਾ ਭੁਪਿੰਦਰ, ਉਹਨਾਂ ਨੇ ਇਹ ਵੀ ਯਾਦ ਕੀਤਾ ਕਿ ਤੁਸੀਂ ਉਹਨਾਂ ਦੀ ਰਿਟਾਇਰਮੈਂਟ 'ਤੇ ਵੀ ਗੀਤ ਗਾਏ ਸੀ, ਅਤੇ ਉਹ ਕਹਿੰਦੇ ਸੀ ਕਿ ਮਿਰਜ਼ਾ ਬਹੁਤ ਕਮਾਲ ਗਾਉਂਦਾ ਭੁਪਿੰਦਰ, ਅਤੇ ਜੇ ਤੁਸੀਂ ਕੋਈ ਬੋਲ ਮਿਰਜ਼ੇ ਦਾ ਗੁਣਗੁਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਮਾਨ ਸਾਹਿਬ ਨੂੰ ਵੀ ਖੁਸ਼ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ, ਸਤਿ ਸ਼੍ਰੀ ਅਕਾਲ। ਸੋ ਗੁਰੂ ਜੀ ਕੋਲੋਂ ਪੜ੍ਹੇ ਹਾਂ, ਪੜ੍ਹਨ ਦੇ ਨਾਲ ਨਾਲ ਖੇਡਾਂ ਵੀ ਕੀਤੀਆਂ, ਕੋਈ ਸਵਾਲ ਰਹਿ ਜਾਂਦੇ। ਸੋ ਖੇਡਾਂ ਦੇ ਪੱਖ ਤੋਂ ਗੁਰਚਰਨ ਸਿੰਘ ਮਾਨ ਸਾਹਿਬ ਨੇ ਬੜਾ ਸਾਨੂੰ ਪੰਜਾਬ ਲੈਵਲ ਤੱਕ ਖਿਡਾਇਆ, ਸੋ ਜ਼ਿਲ੍ਹੇ ਤੱਕ ਪੁਜੀਸ਼ਨਾਂ ਆਈਆਂ ਅਥਲੈਟਿਕਸ ਦੇ ਵਿੱਚ। ਤੇ ਇਹ ਇੱਕ ਸਵਾਲ ਸੀ ਨਾਲ ਨਾਲ ਕਿ ਕੱਲੀ ਗਾਇਕੀ ਦੇ ਨਾਲ ਨਾਲ ਹੀ ਪਰਮਾਤਮਾ ਨੇ ਜੋ ਦਾਤ ਬਖਸ਼ੀ, ਨਾਲ ਨਾਲ ਗੁਰੂ ਜੀ ਨੂੰ, ਤੁਹਾਨੂੰ ਵੀ ਪਤਾ ਗੁਰੂ ਜੀ ਕਿ ਨਾਲ ਨਾਲ ਖੇਡਾਂ ਵੀ ਚੱਲਦੀਆਂ ਸੀ। ਸੋ ਖੇਡਾਂ ਦੇ ਵਿੱਚ ਵੀ ਬਲਾਕ ਲੈਵਲ ਜ਼ਿਲ੍ਹਾ ਲੈਵਲ ਤੱਕ ਫਸਟ ਪੁਜੀਸ਼ਨ ਆ, ਕ੍ਰੋਸ ਕੰਟਰੀ 3,000 ਮੀਟਰ 5,000 ਮੀਟਰ। ਸੋ ਮਾਨ ਸਾਹਿਬ ਜੀ ਜ਼ਰੂਰ ਮੈਂ ਤੁਹਾਡੇ ਨਾਲ ਇੱਕ ਅੰਤਰਾ ਸਾਂਝਾ ਕਰੂੰਗਾ। ਹੋ ਜੱਟ ਚੜਦੇ ਮਿਰਜ਼ੇ ਖਾਨ ਨੂੰ, ਹੋ ਵੱਡੀ ਭਾਬੀ ਲੈਂਦੀ ਥੰਮ, ਵੇ ਮੈਂ ਕਦੇ ਨਾ ਦਿਉਰ ਵੰਗਾਰਿਆ, ਉਹ ਦਿਉਰਾ
क्या बात, क्या बात, बहुत अच्छा, बहुत अच्छा। हाँ जी, कोई होर दोस्त जो कोई सवाल करना चाहता है? चलो आप इस सफर दे विच भुपिंदर बहुत सारिया गल्लां कीतियां ने, तुहाडे अंदर जो कलामां दा वैण बग रहा है ते नाल नाल तुसीं अध्यापन दे खेतर च कम करदे हो, अध्यापक भी एक कलाकार हुंदा है ते अध्यापक दे कलाकार होण दे विच गायक कलाकार दा बहुत वड्डा रोल हुंदा है। जिहड़े अध्यापकां कोले कोई भी एक्सट्रा कला हुंदी है वह अपने किते नूं चार चंद लांदे ने, वह हमेशा अपने किते दे विच पछाणे जांदे ने, उन्हां दा एक नां हुंदा है अपने किते दे विच। हुण तुसीं बहुत सारियां नवीं भूमिकावां तय कर रहे हो, किते तुसीं जजमेंट दे विच रोल प्ले कर रहे हो, किते तुसीं अगे अपने चेले पैदा कर रहे हो, बच्चों दे विच एक कला भर रहे हो, किते तुसीं सिलेबस नूं संगीत राही पढ़ाउण दे नवें नवें तजर्बे कर रहे हो, जां आउण वाले समें दे विच तुहाडे एजेंडे ते इह गल्लां भी होणियां चाहीदियां ने कि आपां इस रवायती सिलेबस नूं नवें तरीके नाल किवें करा सकदे हां। खास तौर ते लैंग्वेज दे विच बहुत सारे तजर्बे किए जा सकते हैं इस किस्म के, भाषा जदों पढ़ाउणा जिवें तुसीं पंजाबी दी पहलां गल कीती है, उदों भी मेरे दिमाग दे विच आइडिया आ रहा है कि अगले दिनां दे विच आपां एक प्रोग्राम इस तरह का करिए जिहदे विच चाहे सुहाग ने, चाहे घोड़ियां ने, चाहे ढोले ने, चाहे माहिए ने, चाहे वख-वख प्रकार के छंद ने, ते चाहे वख-वख प्रकार के रस ने, उन्हां नूं उन्हां दे ठीक प्रसंग दे विच किवें गाया जा सकदा है, छोटे छोटे नमूने लैके आपां एक प्रोग्राम करिए जिहदे विच तुसीं भी शामिल हो, कुछ होर जिहड़े कविशरी वर्गी विधा दे विच छंदां दे विच कम करन वाले लोग ने उन्हां नूं भी शामिल करिए, ते एक बकायदा एक इस किस्म दा तैयार करिए आपां जिन्हों अगे हरेक जिहड़ा अध्यापक है वह घट्टो घट पंजाबी अध्यापक है जिहड़ा वह अपने तक लैके जाए, उन्हों पता लगे कि आ जिहड़ा छंद है, आ कवित छंद है, आ दवैया छंद है, आ ढोल है, आ माई है, आ लम्मी हेक का गीत है, इस तरह ही जिहड़े जिहड़े बाकी सारे ने सुहाग ने घोड़ियां ने, इन्हां नूं किवें किवें गाया जा सकदा है। जदों असीं कल्ला उहनूं बोल के ते सरल अर्थ करके पढ़ाउने आ असीं उहदी रूह मार दिंदे आ, उह असल दे विच कोई पढ़ाई हुंदी नहीं हैगी। तुहाडे तों इस किस्म दीआं बड़ीआं आसां ने सानूं कि तुसीं इस खेतर दे विच नवें तजर्बे करोंगे, ते इह तजर्बे बहुत खूबसूरत होणगे दे विच जिहदा अध्यापन दे खेतर दे विच वी तुहाडा वड्डा योगदान होऊगा आउण वाले समें दे विच, ते तुसीं इस गायकी की दुनिया के विचों, गायकी बहुत बड़ा बाजार है, इस बाजार के बड़ियां घूमन घेरिया ने, इस बाजार के बंदे डिगते भी देखे ने, इस बाजार के बंदे आसमान से चढ़ते भी देखे ने, पर हर बंदे का अपना एक स्टाइल होंगे, हर बंदे का काम करने का एक तरीका होंगे, हर बंदे के अपने दर्शक होंगे ने, हर बंदे के अपने स्रोते होंगे ने, हर बंदे हर बंदे स्पेस भी है अपने आप के यहोजी गल नहीं हैगी। इस दुनिया के जो लोग चकते हैं तो उदों बहुत बड़े पद्धर से चकते हैं, जो डेगते हैं उदों बहुत बड़े पद्धर से डेगते हैं। सो असी उम्मीद करते हैं कि तुसीं अपने कदमां नूं संभाल के गायकी के खेत्र के भी उच्च शिखर से पहुँचोगे, तो अध्यापन के खेत्र के भी उच्च शिखर से पहुँचोगे, तो सब तो वड्डी गल बंदे का बंदा बनया रहना सब तो वड्डी गल हुंदी है। तो तुसीं जिस तरह हुण तक संस्कारां दे विच पले हो, वह संस्कार तुहाडी माँ तो तुहानूं मिले ने, वह संस्कार तुहाडे अध्यापकां तो तुहानूं मिले ने, वह संस्कार तुहाडे संगीत अध्यापकां तो तुहानूं मिले ने, वह सारे संस्कारां नूं नाल रखदे हुए आपां इंसानियत दे तौर ते विचरदे हुए अपनियां कलावां दे विच मुकम्मल होने की कोशिश करांगे, इस पासे वल वधांगे। तुहाडे लई बहुत बहुत दुआवां ते आस करदे हां कि आपां इसे तरह किसी होर प्रोग्राम दे विच जुड़ांगे। तुहाडा बहुत बहुत धन्नवाद, गुरनैब दा बहुत बहुत धन्नवाद, साडे सारी एडमिन टीम दा बहुत बहुत धन्नवाद। मिलदे हां नैक्सट सैटरडे किसी होर रूप दे विच, बहुत बहुत धन्नवाद। थैंक यू गुरु जी, बहुत बहुत शुक्रिया। तुसीं मैनूं अपने एक छोटे जे शागिर्द नूं सारयां दे रूबरू कीता, सो सारे सुनण वालियां नूं प्यार भरी सति श्री अकाल। भाई गुरनैब मघाणिया जी, सुखजीवन जी, सो समुची टीम नूं मेरे वल्लों प्यार भरी सति श्री अकाल। सो आस करदे हां कि नवें किसे विशे दे नाल जरूर तुहाडे नाल रूबरू होवांगे। सो दुबारा फिर गुरु जी बहुत बहुत थैंक यू तुहाडा साथ तक लैके आने लई। थैंक यू भुपिंदर, थैंक यू, बहुत बहुत दुआवां।